Welcome to all our NRI press club team, members and associates. I'm your host, Harpreet Singh from Los Angeles, California. Let me introduce our team and associates. So, Gary Singh Garewal, a master degree engineer. He also serving for the NRI press for the last 20 years. So, he now is settled in Los Angeles, California. Charan G. Singh Garewal, entrepreneur, investor, NRI press admin in UK. ये बिलोंग करते जी यूके तो हरिंदर चीमा जी लॉयर बी एस सी मेडिकल एल एल बी एम एजुकेशन एंड पी एच डी इन स्पोर्ट स्कॉलोजी ये बिलोंग करते जी वेस्टर टोरंटो कैनेडा तो गुप्ता जी विनोद गुप्ता जी प्रोफेसर ने ही वाज द हेड ऑफ द डिपार्टमेंट फ्रॉम चंडीगढ़ नाउ ही सेटल इन मिशिगन यूएसए पिशौरा सिंह ढिल्लों जी आर्किटेक्ट ने एजुकेशन ने कम्युनिटी एक्टिविस्ट ने मास्टर डिग्री इन लैंडस्केप फ्रॉम द लंडन यूनिवर्सिटी He also write and sing on the various variety of the social issues. So, he belong karde ji Fresno, California. Se. So, our hot topic is today for the farmer protest. So, I request to Mr. Gary Singh Garewal. Thank you, ji. Haanji. Thank you, ji, Harpreet ji. Sirf 10 ghante pehla, badi hot news sigi. ਪੰਜਾਬ ਦੀ ਕਿਉਂਕਿ ਪੰਜਾਬ ਦੇ ਬਾਰਡਰ ਤੇ ਆਪਣੇ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਕਿਸਾਨ ਮੂਵਮੈਂਟ ਬੜੀ ਹਾਈ ਲੈਵਲ ਤੇ ਇਹ ਚਾਰੀ ਸੀ ਦਿੱਲੀ ਜਾਣ ਦੀ ਖਾਤਰ ਆਪਣਾ ਪ੍ਰੋਸੈਸ਼ਨ ਕਰਦੇ ਪੀਸਫੁਲੀ ਦੇ ਵਾਂਟ ਟੂ ਡੂ ਇਟ ਹਰਿਆਣਾ ਨੇ ਰੋਕਿਆ ਸੀਗਾ ਆਫਟਰ ਫੋਰਥ ਰਾਊਂਡ ਆਫ ਟਾਕਸ ਤਿੰਨ ਪਹਿਲਾਂ ਟਾਕਸ ਹੋ ਚੁੱਕੀਆਂ ਇਹਨਾਂ ਦੀਆਂ ਚੌਥੀ ਟਾਕ ਇਹ ਉੱਥੇ ਦੇ ਹਿਸਾਬ ਨਾਲ ਇੰਡੀਆ ਦੇ ਹਿਸਾਬ ਨਾਲ ਰਾਤ 1 ਵਜੇ ਖਤਮ ਹੋਈ ਆ ਉਹਨਾਂ ਦੀ 8 ਵਜੇ ਚਾਲੂ ਹੋਈ ਸੀ 5 ਘੰਟੇ ਲੱਗੇ ਆ ਅੱਗੇ ਵੀ ਪੰਜ ਪੰਜ ਘੰਟੇ ਇਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਉਹਨਾਂ ਦਾ ਜਿਹੜੀ ਸੈਂਟਰ ਗੌਰਮੈਂਟ ਆ ਉਹਨਾਂ ਨੇ ਪ੍ਰਪੋਜ਼ਲ ਹੀ ਦਿੱਤੀ ਹੈਗੀ ਆ ਸਾਰਾ ਝਗੜਾ ਤਾਂ ਐਮ ਐਸ ਪੀ ਤੇ ਚੱਲ ਰਿਹਾ ਹੈਗਾ ਬੜਾ ਚੱਲ ਰਿਹਾ ਸਾਰੇ ਲੋਕ ਜਾਣਦੇ ਆ ਤੁਸੀਂ ਵੀ ਜਾਣਦੇ ਹੋਵੋਗੇ ਔਰ ਉਹਨਾਂ ਸੈਂਟਰ ਗੌਰਮੈਂਟ ਦੇ ਜਿਹੜੇ ਮਿਨਿਸਟਰਸ ਨੇ ਜਿਹਨਾਂ ਵਿੱਚ ਜੂਨੀਅਰ ਮਿਨਿਸਟਰ ਅਸ਼ ਗੋਇਲ ਸਾਹਿਬ ਨੇ ਤੇ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਹੈਗੀ ਆ ਕਿ ਅਸੀਂ 5 ਕਰੋਪਸ ਦੇ ਉੱਪਰ ਐਮ ਐਸ ਪੀ ਦੇਣ ਨੂੰ ਤਿਆਰ ਹੈਗੇ ਆ ਜਿਹੜੀਆਂ ਕਿ ਉਹ ਹੋਣਗੀਆਂ ਮੱਕੀ ਕਪਾਹ ਨਰਮਾ ਤੇ ਦਾਲਾਂ ਦਾਲਾਂ ਦਾ ਇਸ ਕਰਕੇ ਕੁਛ ਚੀਫ ਮਿਨਿਸਟਰ ਪੰਜਾਬ ਨੇ ਵੀ ਸਜੈਸ਼ਨ ਦਿੱਤਾ ਕਿ ਅਸੀਂ ਪਤਾ ਨਹੀਂ $1 ਬਿਲੀਅਨ ਦੀਆਂ ਬਾਹਰੋਂ ਦਾਲਾਂ ਮੰਗਾ ਰਹੇ ਹਾਂ ਦੂਸਰੇ ਕੰਟਰੀਆਂ ਤੋਂ ਕਿਉਂ ਨਹੀਂ ਅਸੀਂ ਦਾਲਾਂ ਆਪਦੀਆਂ ਪ੍ਰੋਡਿਊਸ ਕਰ ਸਕੀਏ ਨਾਲੇ ਜਿਹੜੇ ਫਾਰਮਰ ਨੇ ਉਹ ਆਪਣੇ ਚੌਲਾਂ ਦੇ ਜਿਹੜਾ ਪਾਣੀ ਦਾ ਸਾਰਾ ਨੁਕਸਾਨ ਹੋ ਰਿਹਾ ਥੱਲੇ ਪਾਣੀ ਚਲੇ ਗਿਆ ਉਹ ਤੋਂ ਬਚ ਜਾਣਗੇ ਸੋ ਇਹ ਉਹਨਾਂ ਨੇ ਪ੍ਰਪੋਜ਼ਲ 5 ਕਰੋਪਸ ਦੇ ਦਿੱਤੀਆਂ ਨੇ ਬਾਕੀ ਗੋਇਲ ਸਾਹਿਬ ਨੇ ਇਹ ਕਿਹਾ ਹੈਗਾ ਕਿ ਵੀ ਹੈਵ ਇਟ ਟੂਗੈਦਰ ਪ੍ਰਪੋਜ਼ ਵੈਰੀ ਇਨੋਵੇਟਿਵ ਆਊਟ ਆਫ ਦਾ ਬੋਸ ਬਾਕਸ ਆਈਡੀਆ ਉਹਨੇ ਕਿਹਾ ਗੌਰਮੈਂਟ ਪ੍ਰਮੋਟਡ ਕੋਆਪਰੇਟਿਵ ਸੁਸਾਇਟੀਜ਼ ਲਾਈਕ ਐਨ ਐਸ ਐਸ ਸੀ ਪੀ ਐਕਟ ਜਿਹੜੀ ਕਿ ਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਹੈਗੀ ਆ ਤੇ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਹੈਗੀ ਆ ਉਹਨਾਂ ਨੇ 5 ਸਾਲ ਦਾ ਉਹ ਐਗਰੀ ਹੋ ਗਏ ਨੇ ਗੌਰਮੈਂਟ ਨੂੰ ਟੂ ਬਾਈ ਦਾ ਪ੍ਰੋਡਕਟਸ ਫਰੋਮ ਦਾ ਫਾਰਮਰਸ ਔਨ ਐਮ ਐਸ ਪੀ ਯਾਨੀ ਕਿ ਇਹ ਇਕੱਲਾ ਪੰਜਾਬ ਵਾਸਤੇ ਨਹੀਂ ਇਹ ਸੋਲ ਇੰਡੀਆ ਵਾਸਤੇ ਹੋਏਗਾ ਯਾਨੀ ਕਿ ਗੌਰਮੈਂਟ ਨੇ ਕਾਫੀ ਵੱਡਾ ਸਟੈਪ ਲਿਆ ਹੈਗਾ ਅੱਗੇ ਇਹ ਅਸੀਂ ਪ੍ਰਪੋਜ਼ 5-5 ਸਾਲ ਦੇ ਵਾਸਤੇ ਕਰ ਰਹੇ ਹੈਗੇ ਹਾਂ ਜਿਹੜੀ ਕਿ ਉਹ ਜਿਹੜੀਆਂ ਡਿਫਰੈਂਟ ਡਿਪਾਰਟਮੈਂਟ ਹੈਗੀਆਂ ਨੇ ਬੜੀ ਸਾਡੀ ਪੋਜ਼ਿਟਿਵ ਡਿਸਕਸ਼ਨ ਹੋਈ ਆ ਜਿਹੜੀ ਕਿ ਇੱਕ ਸਪੈਸ਼ਲ ਕੁਛ ਦੋ ਜਿਹੜੇ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਹੈਗੀ ਆ ਉਹ ਉਹਦੇ ਨਾਲ ਅਸੀਂ ਇਹ ਸਾਰੀ ਡਿਸਕਸ਼ਨ ਕੀਤੀ ਆ ਪਰ ਇਨ ਦਾ ਮੀਨ ਟਾਈਮ ਇੰਟਰਨੈਟ ਵੀ ਕਲੋਜ਼ ਹੋਇਆ ਹੋਇਆ 5 ਏਰੀਏ ਦੇ ਵਿੱਚ ਪਟਿਆਲਾ ਹੋਰ ਇੱਧਰ ਜਿਹੜਾ ਏਰੀਆ ਹੈਗਾ ਚੰਡੀਗੜ੍ਹ ਦੇ ਇੱਧਰਲੇ ਏਰੀਏ ਨੇ ਸਾਰੇ ਬਾਕੀ ਦੂਸਰਾ ਬਾਰਡਰ ਤੇ ਲੋਕ ਕਿਸਾਨ ਬੈਠੇ ਨੇ ਉਹ ਤਿਆਰੀ ਕਰ ਰਹੇ ਆ ਉਹਨਾਂ ਨੇ ਹੁਣ ਜਿਹੜੇ ਕਿਸਾਨ ਨੇ ਉਹਨਾਂ ਨੇ ਜਿਹੜੇ ਲੀਡਰ ਨੇ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈਗੀ ਆ ਕਿ ਅਸੀਂ 19-20 ਤਰੀਕ ਨੂੰ ਅਸੀਂ ਪਹਿਲਾਂ ਪਹਿਲਾਂ ਇਹਨਾਂ ਨੂੰ ਆਪਦਾ ਫੈਸਲਾ ਵੀ ਦੇ ਦਾਂਗੇ ਕੀ ਅਸੀਂ ਚਾਹੁੰਦੇ ਹੈਗੇ ਹਾਂ ਤੁਹਾਨੂੰ ਅਸੈਪਟ ਕਰਨਾ ਪੈ ਗਿਆ ਨਹੀਂ ਕਰੋਗੇ ਤਾਂ 21 ਤਰੀਕ ਨੂੰ ਅਸੀਂ 11 ਵਜੇ ਇੱਥੋਂ ਦਿੱਲੀ ਨੂੰ ਤੁਰ ਪੈਣਾ ਹੈਗਾ ਇਵੇਂ ਹਰਿਆਣੇ ਦੇ ਕੁਛ ਦੋ ਲੀਡਰ ਆ ਉਹਨਾਂ ਨੇ ਵੀ ਆਪਦੀ ਸਟੇਟਮੈਂਟ ਬੜੀ ਜ਼ਬਰਦਸਤ ਦਿੱਤੀ ਹੈਗੀ ਆ ਉਹਨਾਂ ਦੇ ਨਾਲ ਹੀ ਬੈਠੇ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਵੀ ਇਹੀ ਸਟੇਟਮੈਂਟ ਦਿੱਤੀ ਹੈਗੀ ਆ ਕਿ ਅਸੀਂ ਹਰਿਆਣੇ ਵਾਲੇ ਜਿਹੜੇ ਵੀ ਫਾਰਮਰ ਹੈਗੇ ਨੇ ਉਹ ਆਪਦੇ ਟਰੈਕਟਰ ਲੈ ਕੇ ਹੋਰ ਉਹ ਵੀ ਬਾਰਡਰ ਦੋਨਾਂ ਦੇ ਪਹੁੰਚ ਜਾਣ ਸੋ ਬੜੀ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ ਹੁਣ ਮੈਂ ਕੋਸ਼ਿਸ਼ ਕਰਾਂਗਾ ਆਪਣੇ ਹਰਪ੍ਰੀਤ ਜੀ ਅੱਗੇ ਹੈਗਾ ਮੈਂ ਪਿਸ਼ੌਰਾ ਸਿੰਘ ਜੀ
ਸਟਾਰਟ ਕਰਵਾ ਦਿਓ ਤਾਂ ਬੈਟਰ ਹੋ ਗੋ ਹੋਡੇ ਹਰਪ੍ਰੀਤ ਜੀ ਤੁਸੀਂ ਇਹਨੂੰ ਹੈਂਡਲ ਕਰੋ ਹਰਪ੍ਰੀਤ ਜੀ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਗੈਰੀ ਸਿੰਘ ਗਰੇਵਾਲ ਜੀ। ਪਿਸ਼ੌਰਾ ਸਿੰਘ ਜੀ, ਹਾਂਜੀ ਸਰ, ਪਿਸ਼ੌਰਾ ਸਿੰਘ ਜੀ, ਮੈਨੂੰ ਤਾਂ ਪਹਿਲਾਂ ਲੈਟ ਅਸ ਐਸਟੈਬਲਿਸ਼ ਬਿਫੋਰ ਵੀ ਜੰਪ ਓਕੇ। ਇਨਟੂ ਦੀ ਡਿਸਕਸ਼ਨ ਪਹਿਲਾਂ ਲੈਟ ਅਸ ਅਗਰੀ ਕਿ ਆਪਾਂ ਇਹ ਜਿਹੜੀਆਂ ਡਿਸਕਸ਼ਨ ਹੋਈਆਂ ਨੇ ਪਹਿਲਾਂ 12 ਨੂੰ ਫਿਰ 15 ਨੂੰ ਫਿਰ 18 ਨੂੰ ਫਿਰ ਚੌਥੀ ਮੀਟਿੰਗ ਸੀ ਜੀ ਹੁਣ ਡੂ ਯੂ ਕੰਸੀਡਰ ਦਿਸ ਇਟਸ ਅ ਸਟਾਰਟ ਆਫ ਥਿੰਗਸ ਔਰ ਇਜ਼ ਇਟ ਅ ਰੀਸਟਾਰਟ ਔਰ ਇਜ਼ ਇਟ ਅ ਨਿਊ ਸਟਾਰਟ ਕਿਉਂਕਿ ਬਹਿਸ ਜਿਹੜੀ ਆਪਣੀ ਉਹਦੇ ਤੇ ਮੈਂ ਤਾਂ ਕਰਨੀ ਚਾਹਾਂਗਾ ਵੀ ਇਹ ਕੀ ਇਹ ਪਹਿਲੀ ਵਾਰ ਗੱਲ ਹੋਈ ਆ ਕਿ ਇਹ ਰੀਸਟਾਰਟ ਹੋਈ ਆ ਕਿ ਇਹ 3 ਸਾਲ ਪਹਿਲਾਂ ਹੀ ਗੱਲ ਹੋਈ ਸੀ ਪਹਿਲਾਂ ਤਾਂ ਇਹ ਮੈਨੂੰ ਦੱਸੋ ਕਿ ਇਸ ਦੇ ਤੇ ਜਿਹੜੀ ਡਿਸਕਸ਼ਨ ਹੋਈ ਆ ਰਾਤੀ ਜੀ ਤੁਸੀਂ ਗੱਲ ਕੀਤੀ 10 ਘੰਟੇ ਪਹਿਲਾਂ ਹੋਈ ਆ ਇਸ ਦੇ ਤੇ ਸਟਾਰਟ ਆਫ ਅਬਾਊਟ ਆਲ ਦੀ ਇਸ਼ੂ ਦੋ ਤਿੰਨ ਨਹੀਂ ਕਿ ਇਸ਼ੂ ਇਟਸ ਅਬਾਊਟ 1 ਡਜ਼ਨ ਇਸ਼ੂਸ ਐਂਡ ਦੇ ਆਰ ਇਕੁਅਲੀ ਇੰਪੋਰਟੈਂਟ ਦੇ ਆਰ ਵੈਰੀ ਇੰਪੋਰਟੈਂਟ ਸਮ ਆਫ ਦੈਮ ਆਰ ਇੰਟਰਕਨੈਕਟਡ ਪਰ ਪਹਿਲਾਂ ਇਹ ਫੈਸਲਾ ਕਰੋ ਮੈਨੂੰ ਇਹ ਦੱਸੋ ਉਹਦੇ ਹਿਸਾਬ ਨਾਲ ਮੈਂ ਅੱਗੇ ਡਿਸਕਸ਼ਨ ਨੂੰ ਤੋਰਾਂਗਾ ਡੂ ਯੂ ਕੰਸੀਡਰ ਓਕੇ ਦਿਸ ਇਟਸ ਅ ਸੋ ਸਟਾਰਟ ਔਰ ਇਟ ਵਾਸ ਅ ਰੀਸਟਾਰਟ ਔਰ ਇਜ਼ ਇਟ ਅ ਨਿਊ ਬਿਗਨਿੰਗ ਨਿਊ ਸਟਾਰਟ ਹਾਂਜੀ ਹਾਂਜੀ, ਜੀ ਇਸ ਤਰ੍ਹਾਂ ਹੈ ਪਿਸ਼ੌਰਾ ਸਿੰਘ ਜੀ, ਇਹ ਪਹਿਲੇ ਜਦੋਂ ਐਜੀਟੇਸ਼ਨ ਹੋਇਆ ਸੀ ਤਾਂ ਐਜੀਟੇਸ਼ਨ ਦੇ ਵਿੱਚ ਉਹਨਾਂ ਨੇ ਜਦੋਂ ਮੋਦੀ ਸਾਹਿਬ ਨੇ ਆਪਣੇ ਕਾਨੂੰਨਾਂ ਦਾ ਐਲਾਨ ਕੀਤਾ ਸੀ ਵੀ ਮੈਂ ਇਹਨਾਂ ਨੂੰ ਰੱਦ ਕਰਦਾ, ਤਾਂ ਉਦੋਂ MSP ਦੇ ਉੱਤੇ ਜਿਹੜਾ ਸੀ ਉਹਨਾਂ ਨੇ ਕੋਈ ਵੀ ਆਪਣਾ ਜਿਹੜਾ ਸੀ ਨਹੀਂ ਸੀ ਦਿੱਤਾ ਡਿਸੀਜਨ। ਉਹ ਫਿਰ MSP ਦੀ ਉਹਨਾਂ ਨੇ ਕਹਿ ਦਿੱਤਾ ਸੀ ਪਰ ਕੀਤਾ ਨਹੀਂ, ਦੈਨ 2-3 ਸਾਲ ਇਹਦੀ ਵੇਟ ਕਰਦੇ ਰਹੇ। ਵੇਟ ਕਰਨ ਤੋਂ ਬਾਅਦ ਇਹ ਜਦੋਂ ਪ੍ਰੋਟੈਸਟ ਸ਼ੁਰੂ ਹੋਣਾ ਸੀ ਤਾਂ ਇਸ ਤੋਂ 3 ਮਹੀਨੇ ਪਹਿਲਾਂ ਹੀ ਕਿਸਾਨਾਂ ਨੇ ਆਪਣੀ ਜਿਹੜੀ ਇਹ ਮੰਗ MSP ਦੀ ਰੱਖ ਦਿੱਤੀ ਸੀ ਗਵਰਨਮੈਂਟ ਦੇ ਅੱਗੇ, ਔਰ ਬਾਰ ਬਾਰ ਉਹਦੇ ਉੱਤੇ ਉਹਨਾਂ ਨੂੰ ਕਿਹਾ ਗਿਆ। ਨਾ ਕਹਿਣ ਦੇ ਬਾਅਦ ਉਹਨਾਂ ਨੇ ਫਿਰ ਆਪਣਾ ਜਿਹੜਾ ਪ੍ਰੋਗਰਾਮ ਸੀ ਇਹ ਐਜੀਟੇਸ਼ਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਸੀ, ਔਰ ਐਲਾਨ ਕਰਨ ਤੋਂ ਬਾਅਦ ਇਹ ਹੈ ਵੀ ਜੇ ਤੁਸੀਂ ਜੇ ਨਹੀਂ ਕਰੋਗੇ ਤੇ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ 19 ਤਰੀਕ ਨੂੰ ਸ਼ੁਰੂ ਕਰ ਦੇਵਾਂਗੇ ਔਨ 13 ਫਰਵਰੀ ਨੂੰ। ਦੈਨ ਇਹ ਵਾਰ ਜਦੋਂ ਪ੍ਰੋਟੈਸਟ ਸ਼ੁਰੂ ਹੋਇਆ ਤਾਂ ਪ੍ਰੋਟੈਸਟ ਸ਼ੁਰੂ ਤੋਂ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਆਪਣੇ ਮਿਨਿਸਟਰਸ ਨੂੰ ਭੇਜ ਦਿੱਤਾ ਸੀ, ਉਹਦਾ ਮੀਡੀਏਟਰ ਜਿਹੜਾ ਸੀ ਆਪ ਸਾਡੇ CM ਪੰਜਾਬ ਦੇ ਭਗਵੰਤ ਮਾਨ ਜੀ ਬਣ ਗਏ ਸੀ, ਔਰ ਇਹ ਹੁਣ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਇਸ ਟਾਈਮ ਇਲੈਕਸ਼ਨ ਦਾ ਵੀ ਮਾਹੌਲ ਹੈ, ਤਾਂ ਇਲੈਕਸ਼ਨ ਦੇ ਇਵੇਜ ਦੇ ਵਿੱਚ ਜੇ ਇਲੈਕਸ਼ਨ ਨਾ ਹੁੰਦੀ ਤਾਂ ਉਹ ਹੋ ਸਕਦਾ ਇਹਨੂੰ ਹੋਰ ਵੀ ਪ੍ਰੋਲੋਂਗ ਕਰਕੇ ਲੈ ਜਾਂਦੇ। ਲੇਕਿਨ ਉਹਨਾਂ ਨੇ ਵੀ ਸਟਾਰਟਿੰਗ ਤੋਂ ਕਰ ਦਿੱਤਾ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਇਸ ਕਰਕੇ ਕਿਸਾਨਾਂ ਨੇ ਆਪਣਾ ਸਾਰਾ ਇਹਦੇ ਉੱਤੇ ਫੋਕਸ ਕੀਤਾ ਵੀ ਅਸੀਂ ਕਿਤੇ ਗੱਲਬਾਤ ਤੋਂ ਨਹੀਂ ਭੱਜਦੇ, ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਪਰ ਸਾਡਾ ਪ੍ਰੋਟੈਸਟ ਨਾਲ ਨਾਲ ਜਾਰੀ ਰਹੇਗਾ। ਔਰ ਇਹ ਪ੍ਰੋਟੈਸਟ ਨਾਲ ਨਾਲ ਹੀ ਲਾਸਟ ਟਾਈਮ ਇਹੀ ਇਹੀ ਗੱਲ ਹੋਈ ਸੀ ਐਂਡ ਦੇ ਉੱਤੇ ਵੀ ਪ੍ਰੋਟੈਸਟ ਜਿਹੜਾ ਸੀ ਉਹ ਖਤਮ ਕਰ ਦਿੱਤਾ ਗਿਆ ਸੀ ਔਰ ਗੱਲਬਾਤ ਜਿਹੜੀ ਸੀ ਉਹ ਕੰਪਲੀਟ ਨਹੀਂ ਹੋਈ ਸੀ। ਲੇਕਿਨ ਇਸ ਟਾਈਮ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਪ੍ਰੋਟੈਸਟ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਸਾਡਾ ਕੰਪਲੀਟ ਜਿਹੜਾ ਤੁਸੀਂ ਡਿਮਾਂਡ ਦਾ ਉਹਨੂੰ ਫੁਲਫਿਲ ਨਹੀਂ ਕਰ ਦਿੱਤੇ। ਸੋ ਇਹ ਜਿਹੜੀ ਹੁਣ ਫੋਰਥ ਜਿਹੜੀ ਅੱਜ ਮੀਟਿੰਗ ਹੋਈ ਆ ਉਹ ਫੋਰਥ ਮੀਟਿੰਗ ਦੇ ਵਿੱਚ ਪਹਿਲਾਂ ਉਹਨੇ ਜਿਹੜੀਆਂ 3 ਮੀਟਿੰਗ ਹੋਈਆਂ ਉਹਨਾਂ ਨੇ ਕਿਸੇ ਵੀ ਕਿਸਮ ਦੀ ਕੋਈ ਵੀ ਛੋਟੀ ਨਹੀਂ ਦਿੱਤੀ। ਜਿਹੜੀ ਹੁਣ ਚੌਥੀ ਮੀਟਿੰਗ ਹੋਈ ਆ ਉਹਦੇ 'ਚ ਇਹਨਾਂ ਨੇ ਪ੍ਰਪੋਜ਼ਲ ਰੱਖੀ ਗਈ ਆ 40 ਛੋਟੀ। ਯੂਨੀਅਨ ਸੀ ਉਹਨਾਂ ਦੇ ਨਾਲ ਇੰਡੀਅਨ ਗਵਰਨਮੈਂਟ ਨੇ ਇੱਕ ਫੈਸਲਾ ਕੀਤਾ ਸੀ ਬਹੁਤ ਗੱਲਾਂ ਤੇ ਔਰ ਉਹਨਾਂ ਦੇ ਉਹ ਸਾਰਾ ਕੁਝ ਉਹਨਾਂ ਨੇ ਆਖਿਆ ਵੀ ਅਸੀਂ ਉਹ 3 ਕਾਨੂੰਨ ਵਾਪਸ ਲੈ ਲਵਾਂਗੇ MSP ਬਾਰੇ ਜਿਹੜੀ ਉਹ ਕਮੇਟੀ ਬਣਾ ਦੇਵਾਂਗੇ ਔਰ ਉਹਦਾ ਫੈਸਲਾ ਜਿਹੜਾ ਛੇਤੀ ਤੋਂ ਛੇਤੀ ਕਰਕੇ MSP ਜਿਹੜੀ ਉਹ ਲਾਗੂ ਹੋ ਜਾਏ ਸੋ ਉਹ ਜਿਹੜੀ ਕਮੇਟੀ ਬਣਨੀ ਸੀ ਉਹ ਇਹ ਨਹੀਂ ਸੀ ਉਹਨੇ ਡਿਸਾਈਡ ਕਰਨਾ ਵੀ MSP ਮਿਲਣੀ ਚਾਹੀਦੀ ਹੈ ਕਿ ਨਹੀਂ ਉਹ ਤੇ ਸਰਕਾਰ ਨੇ ਮੰਨ ਲਿਆ ਸੀ ਮਿਲਣੀ ਚਾਹੀਦੀ ਹੈ ਸਵਾਲ ਇਹ ਸੀਗਾ ਵੀ ਉਹ ਕਿਵੇਂ ਮਿਲਣੀ ਚਾਹੀਦੀ ਹੈ ਕਿੰਨੀਆਂ ਕ੍ਰੌਪਸ ਤੇ ਮਿਲਣੀ ਚਾਹੀਦੀ ਹੈ ਔਰ ਉਹ ਉਸ ਗੱਲ ਨੂੰ ਹੁਣ ਕਹਿੰਦੇ 2 ਸਾਲ 2.5 ਸਾਲ ਹੋ ਗਏ ਉਹ ਗੱਲ ਮੇਰੇ ਹਿਸਾਬ ਨਾਲ ਤਾਂ ਉਹ 40 40 ਜਿਹੜੀਆਂ ਹੈਗੀਆਂ ਇਹਨਾਂ ਦੀਆਂ ਕੈਟੇਗਰੀ ਆਰਗੇਨਾਈਜੇਸ਼ਨ ਉਹਨਾਂ ਵੱਲੋਂ ਸਾਰਿਆਂ ਵੱਲੋਂ ਹੋਣੀ ਚਾਹੀਦੀ ਸੀ ਔਰ ਉਹ ਗੱਲ ਉੱਥੋਂ ਸ਼ੁਰੂ ਹੋਣੀ ਚਾਹੀਦੀ ਸੀ ਜਿੱਥੇ ਦਿੱਲੀ ਤੋਂ ਖਤਮ ਹੋਈ ਸੀ ਗੁਪਤਾ ਸਾਹਿਬ, ਸੋ ਤੁਸੀਂ ਵੀ ਸਾਰਾ ਮੈਂ ਸੁਣੀ ਲਿਆ ਹੋ ਗਿਆ ਜੀ। ਹਾਂਜੀ ਜੀ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਵੀ ਆ ਜਿਹੜੀ ਮੀਟਿੰਗਸ ਹੋਈਆਂ ਇਹ ਕੋਈ ਸਿੱਟਾ ਕੱਢ ਪਾਉਣਗੀਆਂ ਔਰ ਜਾ ਕੇ ਕਿਸਾਨ ਜਿਹੜੇ ਉਹ ਮੂਵ ਫਾਰਵਰਡ ਹੋਣਗੇ, ਪਲੀਜ਼ ਥੋੜਾ ਇਹਦੇ ਉੱਤੇ ਮੇਰੀ ਡਿਸਕਸ ਕਰੀ। ਮੇਰੀ ਅਸੈਸਮੈਂਟ ਹੈ ਕਿ ਕਿਸਾਨ ਮੂਵ ਫਾਰਵਰਡ ਕਰਨਗੇ ਕਿਉਂਕਿ ਜਿਹੜੇ ਬੰਦਿਆਂ ਨੇ ਨੈਗੋਸ਼ੀਏਸ਼ਨਾਂ ਕਰ ਰਹੇ ਨੇ ਉਹਨਾਂ ਦੀ 25% ਫੋਲੋਇੰਗ ਹੈ ਲੋਕ ਕਿਸਾਨਾਂ 'ਚ ਓਕੇ। ਜਿਹੜੀ ਬਾਕੀ ਮੇਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ 60-70 ਹੈ ਕਿਉਂਕਿ ਓਕੇ। ਜਿਹੜਾ ਜੇ ਤੁਸੀਂ ਕਲੈਕਟਿਵਲੀ ਫਾਈਟ ਨਹੀਂ ਕਰ ਸਕਦੇ ਫਿਰ ਤੇ ਤੁਹਾਡੀ ਡਿਫੀਟ ਪੱਕੀ ਹੈ ਕਿਉਂਕਿ ਜੇ ਤਾਂ ਸਰਕਾਰ ਕੋਈ ਆਰਡੀਨੈਂਸ ਲਿਆਉਂਦੀ ਹੈ ਦੇਖੋ ਮੈਂ ਸਮਝਦਾ
कि जे सरकार सिंसियर है वो पांच ते ही ऑर्डिनेंस ले आवे जड़ी उन्होंने कमिटमेंट की, वो तो स्टेप फॉरवर्ड हो गया। फिर जे कहेंगे भी पांच जी वो खरीदेंगे जी असी डाइवर्सिफिक, देखो डाइवर्सिफिकेशन का एक दिन तो होनी नहीं, तीन तीन चार चार रिसर्च बनेगी और जड़ी सारी उत्थे होगी कि डाइवर्सिफिकेशन करनी कि बननी है पंजाब, बड़ा लंबा प्रोसैस है। सो इस करके जे तो ये ऑर्डिनेंस लियाते हैं जो उन्होंने ये एम्फेसिस कर रहे हैं ऑर्डिनेंस लियाओ, जे तो ऑर्डिनेंस है चलो पंजा का ही लियाओ, वो इट इज़ वन स्टेप फॉर। पर जे तुम कहो भी देवे जी वो 5 साल की कमिटमेंट है जी, क्योंकि जी एम एस पी है जो स्टैचूटरी प्रोविजन नहीं है कितने भी, कि स्टैचूटरी का मतलब है कि स्टेट खरीदेगी ही खरीदेगी, मतलब स्वामीनाथन ने क्या एम एस पी प्लस 50%, वो भी बिच विचाले। सो मेरे हिसाब नाल जी बाकी ऑर्गनाइजेशन है ना वो भी तैयार है, उन्हों की कल भी आ रही हैं, उन्होंने भी 21 दी, क्योंकि इधर की चल रहा है कि ये जी फस्ट कमांड है, चलो इन्होंने फस्ट कमांड ले ली मूवमेंट की, पर जी सैकेंड पिछे कमांड बैठी है ना दूजिया ऑर्गनाइजेशन की वाच कर रही है, वो जंप इन टू वैगन है। ये हूँ ये जेडे बंदे जिन्होंने गलबात की है ये पिछे नहीं जा सकते, जिदा कहते ना अगे कुआं पिछे खाई, वो सिचुएशन है। और इन द मीन टाइम सरकार इन डिले करेगी, कह देगी जी कोड ऑफ कंडक्ट है, ये मूवमेंट दिल्ली हूँ इन्होंने ले जानी, क्योंकि देखो इंडिया का जरा फाइनेंशियल सेक्टर है ना या कॉरपोरेट वर्ल्ड है, जे मोदी वो अगे एमएसपी दे चुके हैं तो मूवमेंट ने राइज करना, क्योंकि एक चीज को देख के हूँ लेटेस्ट थोड़ा खबर लो दे यूपी च योगी नाथ ने 6 महीने सारिया स्ट्राइक बैन कर दिया, 6 मंथ कि यू कैन नॉट हैव एनी स्ट्राइक इन एनी डिपार्टमेंट। सो इस करके इतनी सिंपल फॉर्मुलेशन नहीं है, सरकार जो ऑर्डिनेंस लेना चाहे 24 घंटे तैयार हो जाता है, जो ऑर्डिनेंस लेते हैं 5 करोड़ का, क्योंकि क्योंकि गल्ला बातें जिन्हें भी जो 5 साल खरीद लेंगे जी, 5 साल बाद किन्ने फौजा देखिए की होना है। सो मैं समझना कि इन्हों का स्टेप फॉरवर्ड होगा, दिल्ली जाएंगे और इन्हें तैयारी है वो बॉर्डर से क्रॉस कर दे नहीं कर दे, किन्नी रसिस्टेंस होंगी है, किन्नी हरियाणा चो किन्ने लोग बॉर्डर से पहुंचते हैं, शंभू बॉर्डर से जी हरियाणा ले पहुंचे उधर पंजाब वाले हैं, फिर हरियाणा बॉर्डर से अपनी पुलिस और ड्रोन थोड़ा सीटेंगे हरियाणा गवर्नमेंट, वे बी प्रॉब्लम, दैट्स वाई दे आर सेइंग कि तुम हरियाणा के शंभू बॉर्डर पहुंचो, क्योंकि जब पंजाब ने धक्का मारना तो हरियाणा से फिर तुम हूँ ड्रोन के नाल सीटोगे या टीयर गैस हरियाणा के छोगे ना, ये मोमेंटम आंदा है। मेरी ये जजमेंट है कि जे तो ऑर्डिनेंस लाते हैं फिर तो बचते हैं, नहीं तो किसान ये कह सकते हैं भी भाई असी 3 महीने 90 डे 6 मंथ असी सस्पेंड कर, पर एमएसपी का पहला ही थैंक ना 2 साल का पहला क्या असी करेंगे वो कितने, वेयर इज दैट। यू थैंक यू थैंक यू विनोद गुप्ता जी। हाँ जी हाँ जी सर। सो मैं हूँ चीमा साहब चाहवागा। चीमा साहब तुसी चलो डिस्कशन की थी है, पर तुसी अपना डिटेल ये उत्ते की इफेक्ट कर दे हो भी ये जड़ी लीडर्स ने जड़ी गुप्ता जी ने बड़ा एक्सप्लेन किया है, और तुसी अपने आप से की सिटा कढ़ना चाहते हो भी ये क्रॉप्स के उत्ते जड़ी एमएसपी है ये की गवर्नमेंट इनू कर पाएगी, जां किसान जिहड़ियां जथेबंदियां दो लईयां आ बाकी वो जथेबंदियां इहदे उत्ते डिसीजन लै पाउणगियां और के नहीं लै पाउणगियां, और जां इहदी मूवमेंट जिहड़ी आ वो अगे वल वधूगी। प्लीज थोड़ा इहदे उत्ते डिटेल दसो जी। थैंक यू हरप्रीत जी। मेरा ख्याल जी पहला डिस्कशन है वो साड़ी इनफॉर्मल सी, दैट्स आउट ऑफ कॉन्टेक्स्ट, वो विच पार्ट ऑफ नहीं होगा। तो सैकंड मैं जो डायरेक्टली थोड़े क्वेश्चन से भी आवा तो यह है कि जी सेंटर ने हम प्रपोजल दी है तीन मिनिस्टर ने 5 फसलों से असं आ देवे, ये मेरे ख्याल में प्रलोंग करने वास्ते उन्होंने पता कि एग्री इतने कंसेंट नहीं बननी, कंसेंस नहीं बनना, तो दे आर डिलेइंग जस्ट टेकिंग अवे टू द कि नोटिफिकेशन इलेक्शन का डिकलेयर हो जाए अनाउंस हो जाए तो उस तो बाद सारा खत्म हो जाए। तो जे ये पार्टियां रल के उन्होंने कोई कंप्रोमाइज करके सोल्यूशन पहला रख लेंदियां ने वट एवर इट इज, मैं उस डिटेल च नहीं जाता वास्ते, मैं जे अलाउ करो मैं थोड़ा डिटेल होर पास जाऊंगा। मेरे हिसाब नाल एक लार्जर डिजाइन हैगा, ये जेडे ग्रुप ने दोनों ये पहले सस्पिशियस ने, ईवन फ्रॉम द लास्ट मूवमेंट जी 2 साल पहला हुई सी, ये भंदेड़ ग्रुप ने उदो भी सबोटाइज करने की पूरी कोशिश की थी इस ग्रुप को, उदो भी यह सी कि विद द एक्टिव सपोर्ट ऑफ द गवर्नमेंट, ठीक है।
ਤੇ ਦੂਜਾ ਪੰਧੇਰ ਤੇ ਵੀ ਉਹਦੇ ਚਾਹੇ ਆਰਐਸਐਸ ਦੇ ਲਿੰਕ ਜੋ ਵੀ ਸੀ ਉਹ ਸਾਰੇ ਆਏ। ਹੁਣ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਮੋਦੀ ਗਵਰਨਮੈਂਟ ਦੀ ਹੈ, ਉਹਦੇ ਉਹਨਾਂ ਨੂੰ ਪਤਾ ਆ, ਆਰਐਸਐਸ ਨੂੰ ਪਤਾ ਕਿ ਸਾਡੇ ਸਿਚੁਏਸ਼ਨ ਫੇਵਰੇਬਲ ਨਹੀਂ, ਦੇ ਆਰ ਟਰਾਈਂਗ ਟੂ ਯੂਜ਼ ਆਲ ਮੀਨਸ, ਉਹ ਜਿੱਥੇ ਬ੍ਰੇਕ ਡਿਵਾਈਡ ਕਰਨੀ ਦੇ ਆਰ ਟਰਾਈਂਗ ਪਾਰਟੀਆਂ ਦੇ ਵਿੱਚ, ਸੇਮ ਇਜ਼ ਦਾ ਵਿਚ ਦਾ ਆਪਣਾ ਫਾਰਮਰਸ ਮੂਵਮੈਂਟ ਦੇ ਨਾਲ ਹੈ, ਜਿਹੜੀਆਂ ਪਾਰਟੀਜ਼ ਹੈਗੀਆਂ ਨੇ ਇਹਨਾਂ ਗਰੁੱਪ ਨੇ। ਸੋ ਉਹਨਾਂ ਨੇ ਦੇਖਿਆ ਕਿ ਕਿਹੜੇ ਗਰੁੱਪਾਂ ਨੂੰ ਅਸੀਂ ਬ੍ਰੇਕ ਕਰਕੇ ਆਪਣੇ ਨਾਲ ਲਾ ਸਕਦੇ ਹਾਂ, ਐਂਡ ਉਹਨਾਂ ਨੂੰ ਲਾ ਕੇ ਉਹ ਇੱਕ ਤਰ੍ਹਾਂ ਦੀ ਮਾੜੀ ਮੋਟੀ ਸੈਟਲਮੈਂਟ ਕਰ ਲੈਣਗੇ, ਚਾਹੇ ਆਰਡੀਨੈਂਸ ਦੀ ਫਾਵਰ ਚ ਇਹ ਉਹ ਪਤਾ ਸਕਸੀਡ ਨਹੀਂ ਕਰਨਗੇ, ਪਰ ਉਹਦੇ ਬੇਸਿਸ ਤੇ ਉਹ ਆਪਣਾ ਇਲੈਕਟ੍ਰੋਲਿਕ ਡਿਜ਼ਾਈਨ ਕਰਨ ਦੀ ਲੋਜ ਅਸੀਂ ਕਰ ਲਿੱਤਾ। ਹੁਣ ਐਂਟੀ ਨੈਸ਼ਨਲ ਮੂਵਮੈਂਟ ਨੇ ਜਿਹੜੀਆਂ ਨੂੰ ਸਪੋਰਟ ਨਹੀਂ ਕਰਦੇ, ਜਿਵੇਂ ਗੁਪਤਾ ਜੀ ਨੇ ਕਿਹਾ ਕਿ 25%, 20%, 10%, 10%, ਜੇ 25% ਬਾਕੀ 75% ਮੀਨਸ ਉਹ ਇਹਦੇ ਨਾਲ ਨਹੀਂ ਹੈਗੇ, ਦੇ ਵਿਲ ਅਪੋਜ਼ ਦਿਸ ਨੈਗੋਸੀਏਸ਼ਨ, ਇਸ ਸੈਟਲਮੈਂਟ ਨੂੰ ਅਪੋਜ਼ ਕਰਨਗੇ, ਤੇ ਉਹਨਾਂ ਨੂੰ ਐਂਟੀ ਨੈਸ਼ਨਲ ਕਰਕੇ ਪ੍ਰੋਪੇਗੇਟ ਕਰਨਗੇ, ਬਾਕੀ ਕੰਟਰੀ ਚ ਸਪੋਰਟ ਕਰਨਗੇ, ਮੀਨਸ ਉਹਨਾਂ ਨੇ ਆਪਣਾ ਪ੍ਰੋਪੇਗੰਡਾ ਲੈ ਕੇ ਜਾਣਾ। ਬਾਕੀ ਜਿਹੜਾ ਲਾਰਜਰ ਡਿਜ਼ਾਈਨ ਮੈਂ ਤੁਹਾਨੂੰ ਪਾਰਟੀਆਂ ਡਿਵਾਈਡ ਕਰਨਾ, ਉਹਦੇ ਵਿੱਚ ਲੇਟੈਸਟ ਜਿਹੜਾ ਇਹਨਾਂ ਦੀ ਪਾਰਟਿਸਿਪੇਟ ਕਰ ਚੁੱਕੀ ਹੈਗੀ ਆ, ਮੰਨੋ ਨਾ ਮੰਨੋ ਮੈਨੂੰ ਪਤਾ ਬਹੁਤ ਸਾਰੇ ਮੈਨੂੰ ਅਪੋਜ਼ ਕਰਨਗੇ, ਪਰ ਮੇਰਾ ਵਿਊ ਹੈਗਾ ਕਿ ਆਮ ਆਦਮੀ ਪਾਰਟੀ ਉਸ ਲਾਈਨ ਚ ਟ੍ਰੈਪ ਚ ਆ ਗਈ ਹੋਈ ਹੈ, ਐਂਡ ਦੇ ਆਰ ਫਾਲੋਇੰਗ, ਦੇ ਆਰ ਸਪੋਰਟਿੰਗ ਮੋਦੀ ਗਵਰਨਮੈਂਟ, ਜਿਹੜੀ ਬੈਕਗ੍ਰਾਉਂਡ ਪਹਿਲਾਂ ਚੱਲ ਰਹੀ ਸੀ ਬੀ ਟੀਮ ਜੀ, ਦੇ ਆਰ ਡੂਇੰਗ ਇਟ, ਕਿਉਂਕਿ ਪਹਿਲਾਂ ਡਿਸਾਈਡ ਹੋ ਚੁੱਕਾ ਸੀ ਆਮ ਚੰਡੀਗੜ੍ਹ ਚ, ਆਪਣਾ ਚੱਡੇ ਵਗੈਰਾ ਨੇ ਸਾਰਿਆਂ ਨੇ ਕਿਹਾ ਇੱਥੋਂ ਜੀ ਇੰਡੀਆ ਦੀ ਮੂਵਮੈਂਟ ਸਟਾਰਟ ਹੋ ਗਈ, ਅਸੀਂ ਮੇਅਰ ਦੀ ਇਲੈਕਸ਼ਨ ਜਿੱਤਾਂ, ਦੈਟ ਵਿਲ ਬਿਗਿਨਿੰਗ, ਐਂਡ ਅਸੀਂ ਸਾਰੇ ਆਲ ਓਵਰ ਇੰਡੀਆ ਜਿੱਤਾਂਗੇ। ਉਹ ਇਸ਼ੂ ਖਤਮ ਹੋ ਗਿਆ, ਉਹ ਸੁਪਰੀਮ ਕੋਰਟ ਚ ਗਿਆ, ਅੱਜ ਆ ਗਿਆ ਕਿ 3 ML, 3 MC ਤੇ ਇਹਨਾਂ ਨੇ ਬੀਜੇਪੀ ਨੇ ਲੈ ਗਏ, ਸੋ ਦੈਟ ਇਸ਼ੂ ਫਿਨਿਸ਼, ਬੀਜੇਪੀ ਦੀ ਉਹ ਬਣ ਗਈ। ਦਿੱਲੀ ਚ ਇਹਨਾਂ ਦਾ ਹੋ ਗਿਆ ਸੀ ਕਿ 4 ਦਿਨ ਦੇ ਵਿੱਚ ਅੰਡਰਸਟੈਂਡਿੰਗ ਹੋ ਗਈ, 4 ਆਪ ਲੜੇਗੀ, 3 BJP ਲੜੇਗੀ, ਪੰਜਾਬ ਦੇ ਵਿੱਚ ਅਲੱਗ ਅਲੱਗ ਲੜਨਗੇ ਉਹ ਸਾਰੇ। ਹੁਣ ਆਮ ਆਦਮੀ ਪਾਰਟੀ ਬਲਾਕ ਅਸਾਮ ਦੇ ਵਿੱਚ, ਗੁਜਰਾਤ ਚ, ਗੋਆ ਚ, ਬਾਕੀ ਸਟੇਟ ਆਪਣੇ ਆਪ ਹੀ ਅਨਾਊਂਸ ਕਰੀ ਜਾ ਰਹੀ, ਹੁਣ ਉਹਨਾਂ ਨੇ ਕਹਿ ਦਿੱਤਾ ਕਿ ਦਿੱਲੀ ਦੇ ਵਿੱਚ ਵੀ ਅਸੀਂ ਨਹੀਂ ਕਰਾਂਗੇ, ਇਟ ਮੀਨਸ ਅੰਡਰਸਟੈਂਡਿੰਗ ਹੋ ਗਈ। ਉਹਨਾਂ ਨੇ ਆਪ ਦੀਆਂ ਵੋਟਾਂ ਕੱਢੀਆਂ, ਉਹ ਕਹਿੰਦੇ ਦਿੱਲੀ ਚ ਜੇ ਅਲੱਗ ਅਲੱਗ ਲੜਦੇ ਆ ਸੱਤੇ ਜਿਹੜੀਆਂ ਬੀਜੇਪੀ ਨੂੰ ਜਾਣਗੀਆਂ, ਪੰਜਾਬ ਦੇ ਵਿੱਚ ਬੀਜੇਪੀ ਦਾ ਸਕੋਪ ਨਹੀਂ ਹੈਗਾ, ਉਹ ਕਹਿੰਦੇ ਅਲੱਗ ਲਗੜੋ, ਬੀਜੇਪੀ ਮੇ ਬੀ ਇਨਡਾਇਰੈਕਟਲੀ ਸਪੋਰਟਿੰਗ ਆਪ, ਉੱਥੇ ਕਹਿੰਦੇ ਆਪ ਲੈ ਜੀ ਵੋਟ, ਮੀਨਸ ਉਹਨਾਂ ਨੂੰ ਕਾਂਗਰਸ ਦਾ ਜਾਂ ਅਪੋਜੀਸ਼ਨ ਦਾ ਲਾਸ ਕਰਨਾ ਆ। ਸੋ ਇਹ ਲਾਰਜਰ ਟ੍ਰੈਕ, ਹੁਣ ਭਗਵੰਤ ਮਾਨ ਨੇ ਇੱਥੇ ਵਿੱਚ ਪਾਰਟਿਸਿਪੇਟ ਕੀਤਾ ਹੈਗਾ, ਇੱਕ ਮੈਂ ਪ੍ਰੈਜੈਂਟ ਮੂਵਮੈਂਟ ਜਾਵਾਂ, ਹੁਣ ਜੇ ਇੱਕ ਪਾਸੇ ਉਹ ਕਹਿੰਦੇ ਵੀ ਨੈਸ਼ਨਲ ਸਾਰੀਆਂ ਸੀ ਕੰਟਰੀਬਾਈਟ ਕਰਨਾ ਹੈ, ਵਾਈ ਓਨਲੀ ਸੀਐਮ ਆਫ ਪੰਜਾਬ, ਬਾਕੀ ਸਟੇਟਾਂ ਦੇ ਸੀਐਮ ਕਿਉਂ ਨਹੀਂ ਪਾਰਟਿਸਿਪੇਟ ਕਰ, ਈਵਨ ਜਿੱਥੇ ਹੀ ਬੈਠੇ ਹਰਿਆਣੇ ਵਾਲਾ ਸੀਐਮ ਕਿਉਂ ਨਹੀਂ ਪਾਰਟਿਸਿਪੇਟ ਕਰ, ਇੱਕ ਪਾਸੇ ਤੋਂ ਆਈਸੋਲੇਟ ਕਰਦੇ ਕਿ ਮੂਵਮੈਂਟ ਪੰਜਾਬ ਦੀ ਹੈ, ਉਹਨੂੰ ਐਕਸਪਲੋਇਟ ਕਰਨਾ ਚਾਹੁੰਦੇ ਆਲ ਓਵਰ ਇੰਡੀਆ, ਦੂਜੇ ਪਾਸੇ ਜੇ ਇਹਨਾਂ 'ਚ ਸੈਟਲਮੈਂਟ ਕਰਦੇ, ਇਟ ਮੀਨਸ ਭਗਵੰਤ ਮਾਨ ਨੇ ਪਿਛਲੀ ਵਾਰ ਸੁਜੈਸ਼ਨ ਦਿੱਤਾ ਸੀ ਤੁਸੀਂ ਡਾਈਵਰਸੀਫਿਕੇਸ਼ਨ ਵੀ ਕਰੋ, ਸਾਨੂੰ ਉਹ ਕਰੋ, ਇਹ ਤੋਂ ਘੇਰੇ 'ਚੋਂ ਬਾਹਰ ਲਿਆਓ, ਔਰ ਇਹ ਚੌਥੀ ਮੀਟਿੰਗ ਦੇ ਵਿੱਚ ਉਹ ਡਾਈਵਰਸੀਫਿਕੇਸ਼ਨ ਆਇਆ ਵੀ 4 ਫਸਲਾਂ 5 ਤੇ ਤੁਹਾਨੂੰ ਅਸੀਂ ਦੇਵਾਂਗੇ NMC, ਤੁਹਾਨੂੰ ਪ੍ਰੋਮਿਸ ਕਰਦੇ ਹਾਂ, ਗਰੰਟੀ ਤਾਂ ਬਾਅਦ ਦੀ ਜਦੋਂ ਹੋਣੀ ਹੈ, ਇੱਕ ਇਹ ਉਹਨਾਂ ਨੇ ਕਿਹਾ ਸੀ, ਦੂਜਾ ਕਿਹਾ ਜੀ ਤੁਸੀਂ MSP C2+50% ਸਵਾਮੀਨਾਥਨ ਤੇ ਹੋਰ ਡਿਮਾਂਡ ਨੇ, ਉਹ ਤਾਂ ਕਹਿੰਦੀ ਹੁਣ ਇਲੈਕਸ਼ਨ ਆਈ, ਇਲੈਕਸ਼ਨ ਤੋਂ ਬਾਅਦ ਕੀ ਹੋਏਗਾ ਫਿਰ ਦੇਖਾਂ, ਮਿਨਿਸਟਰਾਂ ਦਾ ਇਹ ਕਲੀਅਰ ਜਵਾਬ ਸੀਗਾ, ਮੀਨਸ ਜੇ ਤਾਂ ਇਹ ਕੰਪਰੋਮਾਈਜ਼ ਕਰਕੇ ਸੈਟ ਕਰਦੇ, ਦੈਟਸ ਅ ਪਾਰਟ ਆਫ ਡਿਜ਼ਾਈਨ, ਇਹਨਾਂ ਡਿਜ਼ਾਈਨ ਆਪਸ ਹੈਗਾ ਸੀ, ਉਹ ਸਾਹਮਣੇ ਕਰਨਗੇ ਤੇ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰੇ। ਸੋ ਮੇਰੇ ਹਿਸਾਬ ਨਾਲ ਇਹ ਅਦਰਵਾਈਜ਼ ਇਹ ਅੱਗੇ ਵੀ ਕ੍ਰੈਡੀਬਿਲਟੀ, ਜਿਹੜੇ ਗਰੁੱਪ ਪ੍ਰੈਜੈਂਟ ਇਸ਼ੂ ਡਿਮਾਂਡ ਨੂੰ ਲੈ ਕੇ ਜਾ ਰਹੇ, ਉਹਨਾਂ ਦੀ ਕ੍ਰੈਡੀਬਿਲਟੀ ਨਹੀਂ ਹੈਗੀ, ਜੇ ਉਹ ਲੈ ਕੇ ਜਾਣਗੇ ਜਾਂ ਕੰਪਰੋਮਾਈਜ਼ ਕਰਨਗੇ, ਤੇ ਬਾਕੀ 75-80% ਜੋ ਵੀ ਹੈ ਆਲ ਓਵਰ ਇੰਡੀਆ ਕਿਸਾਨ ਮੂਵਮੈਂਟ ਹੈ, ਦੇ ਵਿਲ ਨਾਟ ਸਪੋਰਟ ਇਟ, ਤੇ ਉਹ ਫਿਰ ਖਤਮ ਹੋ ਜਾਏ। ਪਰ ਉਹਨਾਂ ਨੂੰ ਇਲੈਕਸ਼ਨ ਵਾਸਤੇ ਜਿਹੜੀਆਂ ਜ਼ਮੀਨਾਂ ਹੋਣਾ ਜੀ, ਲਓ ਜੀ ਅਸੀਂ ਤਾਂ ਸਭ ਕੁਝ ਦੇਤਾ, ਜੇ ਫਿਰ ਵੀ ਰੌਲਾ ਪਾਈ ਜਾਂਦਾ, ਸੋ ਕ੍ਰੈਡੀਬਿਲਟੀ ਦਾ ਇਸ਼ੂ ਹੈ, ਰੌਲਾ ਵੋਟਾਂ ਦਾ ਹੈ, ਬਾਕੀ ਕੋਈ ਰੌਲਾ ਨਹੀਂ ਹੈਗਾ। ਸੋ ਮੇਰੇ ਹਿਸਾਬ ਨਾਲ ਆਹ ਇਸ਼ੂ ਬਣਦਾ ਆ। ਬਾਕੀ ਗੁਪਤਾ ਜੀ ਨੇ ਕਿਹਾ ਸੀ ਉਹ ਦਿੱਲੀ ਜਾਣਗੇ, ਨਾ ਉਹਨਾਂ ਨੇ ਦਿੱਲੀ ਜਾਣਾ ਆ ਤੇ ਨਾ ਦਿੱਲੀ ਜਾਣ ਦੇਣਾ ਆ, ਇਹ ਅੰਡਰਸਟੈਂਡਿੰਗ ਇਹਨਾਂ ਦੀ ਆਲਰੇਡੀ ਬਣੀ ਹੋਈ, ਹੁਣ ਵੀ ਉਹ ਕਹਿੰਦੇ ਉਹ ਦਿੱਲੀ ਜਾਣਾ ਸਾਡਾ ਕੋਈ, ਇਹ ਥੋੜਾ ਵੀ ਅਸੀਂ ਮਿੱਥੇ ਹੀ ਆ, ਸਾਡਾ ਜੇ ਫੈਸਲਾ ਇੱਥੇ ਹੀ ਹੋ ਜਾਏ ਸਾਨੂੰ ਦਿੱਲੀ ਜਾਣ ਦੀ ਕੀ ਲੋੜ ਹੈ, ਸਾਡੇ ਕੋਈ ਮਿੱਥਿਆ ਨਹੀਂ ਹੈਗਾ। ਸੋ ਉਹ ਆਪਣੇ ਆਪਣੇ ਜਿਹੜੇ ਲੀਡਰ ਨੇ ਉਹ ਫਸੇ ਨੇ, ਜਾਂ ਜਿਵੇਂ ਡਿਜ਼ਾਈਨ ਨੇ ਉਹ ਲੋਕਾਂ ਨੂੰ ਸੈਟੀਸਫਾਈ ਕਰਨ ਲਈ ਜਿਹੜੇ ਜਵਾਬ ਦੇ ਰਹੇ ਨੇ ਉਹ ਕ੍ਰੈਡੀਬਲ ਆਨਸਰ ਨਹੀਂ ਹੈਗੇ, ਲੋਕੀ ਉਹਨਾਂ ਨੂੰ ਕਨਵਿੰਸ ਨਹੀਂ ਹੁੰਦੇ, ਪਰ ਉਹ ਆਪਣਾ ਰੋਲ ਪਲੇ ਕਰ ਰਹੇ ਨੇ। ਥੈਂਕ ਯੂ ਸਰ। ਰਾਈਟ, ਥੈਂਕ ਯੂ ਜੀ, ਥੈਂਕ ਯੂ ਜੀ ਮਤਲਬ ਸੋ ਮਚ। ਸੋ ਸਰ, ਮੈਂ ਹੁਣ ਚਰਨਜੀਤ ਸਿੰਘ ਗਰੇਵਾਲ ਜੀ ਦਾ, ਚਰਨਜੀਤ ਜੀ ਹਾਂਜੀ, ਤੁਸੀਂ ਵੀ ਚਲੋ ਸਾਰੀ ਸਿਚੁਏਸ਼ਨ ਨੂੰ ਤਾਂ ਸੁਣ ਹੀ ਲਿਆ ਜੀ, ਹੁਣ ਤੁਹਾਡੇ ਇਹਦੇ ਹਾਂਜੀ ਬਾਰੇ ਕੀ ਵਿਚਾਰ ਨੇ, ਵੀ ਇਹ ਹੁਣ ਲੀਡਰ ਜਿਹੜੇ ਆ, ਜਿਹੜਾ ਇੰਨਾ ਵੱਡਾ ਹਜੂਮ ਹੈ, ਕੀ ਇਹਨੂੰ ਕੰਟਰੋਲ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ, ਜਾਂ ਕਿਉਂਕਿ ਲੋਕ ਲਾਸਟ ਟਾਈਮ ਵੀ ਇਸ ਉੱਤੇ ਪ੍ਰੋਟੈਸਟ ਦੇ ਉੱਤੇ ਬੜੇ ਵਿੱਚੋਂ ਨਾਰਾਜ਼ ਸੀ ਲੀਡਰਾਂ ਦੇ ਉੱਤੇ, ਕੀ ਹੁਣ ਜਿਹੜੇ ਨਵੇਂ ਲੀਡਰ ਜਿਹੜੇ ਹੈ ਨੇ ਇਹ ਸੈਟੀਸਫਾਈ ਕਰ ਪਾਉਣਗੇ, ਤੁਹਾਡੇ ਕੀ ਵਿਚਾਰ ਨੇ? ਦੇਖੋ,
और एक बंदा हर एक चीज नूं सैटिस्फाई नहीं कर सकता, वो तां दस तुसी सेकंड, जो भी सेकंड वर्ल्ड वॉर तो लै लो, फर्स्ट वर्ल्ड वॉर तो लै लो, कोई भी लीडर, चर्चिल, सारे ब्रिटिश नूं सैटिस्फाई नहीं कर सकिया सी, इलेक्शन हार गया एंड ते। जिथे तक मेरी सोच आ कि जिहड़ी डाइवर्सिटी हो रही आ फार्मिंग दी, इह करनी तां पैणी आ। अपने यूरोप दे विच सारी कॉन्ट्रैक्ट फार्मिंग हो रही है, अमेरिका दे विच कॉन्ट्रैक्ट फार्मिंग हो रही है, छोटा कोई हरियाणा नहीं है रहा। वो तो बगैर जिहड़ी फार्मिंग आ वाइबल नहीं हो सकती हैगी जिन्ना चिर कॉन्ट्रैक्ट फार्मिंग ना होवे। यह पंजाब नूं जां इंडिया नूं करनी पैणी आ, पर जिस तरह वो हैंडल कर रहे ने वो बहुत गलत कर रहे ने, क्योंकि फार्मिंग जिहड़ी पंजाब इंडिया दे विच हो रही है उहदे ते बहुत लोकी डिपेंड ने, लोक उहनां वास्ते होर कोई कम नहीं हैगा। इहनां नूं बिफोर, इहनां नूं स्टेप लैने चाहीदे ने। इहनां ने पाणी झोना लवा के पंजाब दे विच सारा पंजाब दा पाणी जरी, एक होर प्रॉब्लम शुरू कर दित्ती। एक उहनूं दैट्स द प्रॉब्लम इन इंडिया, जिहड़ी कोई प्रॉब्लम नूं कोई आउंदी आ उहनूं, उहो जदों एड्डी वड्डी हो जांदी आ प्रॉब्लम, उहनूं फिर उह हल करना करन फिरदे ने, फिर उह हल नहीं कर सकदे गे। फिर इस तरह आ हुण डेमोन्स्ट्रेशन होण लग जांदे ने, फिर जिहड़ा लीडर्स ने उह पल्ला झाड़ नूं फिरदे रहिंदे ने। दैट इज द प्रॉब्लम इन इंडिया, जिहड़े लीडर आ इंडिया दे उह इंडिया दा कोई प्रॉब्लम सॉल्व नहीं कर सकदे, बिकॉज़ दे डोंट लुक दैट फार। उह कोई इह जा लीडर ही नहीं हैगा इंडिया दे विच के जिहड़ा के देख सके कि असीं 100 सालां तक असीं की करना। एंड नाउ कम्स टू द फार्मिंग, इह नहीं, इन्हां तो हैंडल नहीं होना हैगा, ना लीडरां तो हैंडल होना गवर्नमेंट दे दो, ना जिहड़े किसानां दे लीडर ने थैंक यू उहनां को कोई विजन हैगा वा। जी, थैंक यू ग्रेवाल सर। सो सर मैं हुण पिशौरा सिंह जी देवांगा। पिशौरा सिंह जी, मैं तुहाडे ते थोड़ा लेट आया इस करके कि मैं चाहुंदा सी भी तुसीं थोड़ा सारा चलो इहनूं कोई नहीं, विजन ठीक है, करके उहदा जिहड़ा अपना रिजल्ट है थोड़ी पॉजिटिव जिहड़ा तरीके नाल कढोगे। सो प्लीज तुसीं हुण अपना दसो विचार इहदे बारे तुहाडे की ने। थैंक गुप्ता यू। साहब ने आख्या सीगा कि ये मूवमेंट जिहड़ी आ ये पंजाब तो चली जिहड़ी आ ये कदी भी नेशनल मूवमेंट नहीं बन सकदी। ये गुप्ता साहब जी नेशनल मूवमेंट बनी सी। मैं नहीं किया, मैं नहीं, आई तुसी कह सी सेड ना ये कि कदी भी ये जिहड़ी चली है तो मूवमेंट नेशनल मूवमेंट नहीं बन सकदी। नहीं, मैं नहीं किया, मैं क्या सी, ये अगर नेशनल मूवमेंट होंगी ना तो सोल्यूशन जल्दी निकलते हैं। मैं क्या सी कि द सेम मैं थिंग क्या, ये इधर नेशनल का मूवमेंट मतलब बने, सर। एक सेम थिंग, ये नेशनल चलो मूवमेंट हुंदी नहीं है। नेशनल आ जाइए, मूवमेंट हैगी सी, ये सीगी उत्थे जिहड़ी चलो 13 महीने बैठी आ ते वो नेशनल मूवमेंट बनी सी ते जिहड़ी हाँ जी, नेशनल है गवर्नमेंट जी, ऑफ हाँ इंडिया जिहड़ी हाँ वो जी हाँ जी वापस सर, आई सी। यू हाँ हैव जी टू एडमिट चलो टू दैट। वो ये ते करेंगे। गवर्नमेंट भी मान गई सी ना कि दे सॉ इट द होल ऑफ इंडिया यूनाइटेड। जे इन्हू होर डिले करते ते होर वड्डा काम होता, पर वो आई थिंक दैट इज सेटल, दैट वाज ए नेशनल मूवमेंट। हुण जिहड़ी चीमा साहब ने गल की आ वो गल उन्होंने उही की जिहड़ी मैं जिहदे वल मैं इशारा किया सी कि वो नेशनल मूवमेंट सी जदों ये उदों हिंदुस्तान की सरकार का उन्होंने डायलॉग करने का मीटिंगां करने का तर्ज ही और सी। उदों वो देवर सो इनडिफरेंट, वो कदी वो आउंदे नहीं सी, कदी वो विचों चले जाते सी, कदी वो बाहर टैलीफोन करन चले जाते सी, कदी इधर जाते सी, अज आयो कल आयो, किन्निया मीटिंग्स तो बाद जिहड़ा अल्टीमेटली वो बिकॉज इट वॉज ए नैशनल मूवमेंट वो गवर्नमेंट में झुकना पिया। इतने हम एक पॉजिटिव गल हैगी है बड़ी वधिया, जो चीमा साहब की गल ठीक है, जिस तरह मैं जिधर इशारा किया किसी तरह भी ये ਇਹਦੇ ਵਿੱਚ ਡਿਵੀਜ਼ਨ ਹੋ ਗਈ ਹੈ ਜਾਂ ਕਰਵਾਈ ਗਈ ਹੈ, ਇਹ ਆਈ ਡੋ ਨਾਟ ਨੋ ਵੀ ਇਹਨਾਂ ਨੇ ਆਪਣੇ ਆਪ ਹੀ ਆਪਣੇ ਪੈਰਾਂ ਤੇ ਘੋੜਾ ਮਾਰ ਲਿਆ ਕਿ ਘੋੜੇ ਤੇ ਪੈਰ ਮਾਰ ਲਿਆ ਤੇ ਵੱਖਰੇ ਵੱਖਰੇ ਹੋ ਗਏ, ਆਪਣੇ ਆਪ ਹੀ ਇਹ ਕਰੀ ਜਾਂਦੇ ਆ। ਇੱਕ ਰਾਜਨੀਤਿਕ ਹੈ ਤੇ ਇੱਕ ਰਾਜਨੀਤਿਕ ਹੈ ਤੇ ਇਹਦਾ ਵਾਧਾ ਦਾ ਫਾਰਮਿੰਗ ਦਾ ਸਾਰਾ ਜਿਹੜਾ ਸਿਲਸਿਲਾ ਜਿਹੜਾ ਉਹਨੂੰ ਤੁਸੀਂ ਉਹਨੂੰ ਰਾਜਨੀਤਿਕ ਵੀ ਕਹਿ ਸਕਦੇ ਜੇ, ਉਹਨੂੰ ਅਰਾਜਨੀਤਿਕ ਵੀ ਕਹਿ ਸਕਦੇ ਜੇ। ਇਹ ਹੈ ਮਸਲਾ ਤਾਂ ਰਾਜਨੀਤਿਕ ਹੀ ਹੈਗਾ, ਪਰ ਹੈਵਿੰਗ ਸੈਡ ਦੈਟ ਇਬਾ ਸਾਹਿਬ ਦੀ ਗੱਲ ਠੀਕ ਹੈ। ਮੇਰਾ ਮੇਰਾ ਜਿਹੜਾ ਨਾ ਆਊਟ ਆਫ ਕੰਟੈਕਸਟ ਆਖੇ ਗੱਲ ਉਹਨਾਂ ਉਹੀ ਕੀਤੀ ਆ, ਉਹਦੇ ਵਿੱਚ ਡਿਵੀਜ਼ਨ ਆ ਗਈ ਹੈ ਐਂਡ ਦੈਟ ਇਜ਼ ਅ ਸੈਡ ਥਿੰਗ ਵੀ 40 ਆਰਗੇਨਾਈਜੇਸ਼ਨ ਦੀ ਬਜਾਏ ਦੋ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਕਰ ਰਹੀਆਂ, ਔਰ ਸਰਕਾਰ ਇਜ਼ ਸੋ ਹੈਪੀ ਟੂ ਵਰਕ ਵਿਦ ਦੈਮ ਕਿ ਉਹ 3 ਵਾਰੀ 4 ਵਾਰੀ ਦਿੱਲੀ ਤੋਂ ਮਤਲਬ ਆ ਗਿਆ ਇੱਥੇ, ਜਦੋਂ ਫਾਰਮ ਜਦੋਂ ਨੈਸ਼ਨਲ ਮੂਵਮੈਂਟ ਬਣ ਕੇ ਉੱਥੇ ਦਿੱਲੀ ਗਈ
ਉੱਥੇ ਉਹਨਾਂ ਇਹਨਾਂ ਦੇ ਦਰਸ਼ਨ ਕਰਕੇ ਰਾਜੀ ਨਹੀਂ ਸੀ। ਇੱਥੇ 3 ਵਾਰੀ ਜਿਹੜਾ ਨਾ ਉਹ ਫਟਾਫਟ ਜਦੋਂ ਹੁੰਦਾ ਉਹ ਆਉਂਦੇ ਆ। ਇਹ ਬਟ ਪੋਜ਼ਿਟਿਵ ਦੈਟ ਇਜ਼ ਅ ਗੁੱਡ ਥਿੰਗ, ਦੈਟ ਇਜ਼ ਅ ਗੁੱਡ ਥਿੰਗ, ਦੈਟ ਇਜ਼ ਅ ਪੋਜ਼ਿਟਿਵ ਥਿੰਗ, ਦੇਰ ਆ ਦਰੁਸਤ ਆ। ਮੈਂ ਸਮਝਦਾ ਵੀ ਇਹ ਜਿਹੜਾ ਪ੍ਰੋਸੈਸ ਉਹਨੇ ਸ਼ੁਰੂ ਕੀਤਾ, ਭਾਵੇਂ ਇਹ ਸਟਾਰਟ ਨਹੀਂ ਗਿਆ, ਰੀਸਟਾਰਟ ਵੀ ਨਹੀਂ ਗਿਆ, ਇਟਸ ਅ ਨਿਊ ਸਟਾਰਟ ਉਹਨਾਂ ਨੇ ਸ਼ੁਰੂ ਕੀਤਾ। ਇਹ ਗੱਲ ਜਿਹੜੀ ਆ ਬੜਿਆਂ ਸਾਲਾਂ ਤੋਂ ਚੱਲ ਰਹੀ ਆ। ਔਰ ਮੋਦੀ ਸਾਹਿਬ ਜਦੋਂ ਸਰਕਾਰ ਇਹਨਾਂ ਦੀ ਆਈ 2014 ਵਿੱਚ, 2012 ਦੇ ਵਿੱਚ, ਉਹ ਆਪ ਹੀ ਉਹ ਸਾਰੇ ਹੁੰਦਾ ਨੈਸ਼ਨਲ ਨਿਊਜ਼ ਕਿ ਉਹਨਾਂ ਨੇ ਆਪ ਹੀ ਇਹਨਾਂ ਦੀ ਮੈਨੀਫੈਸਟੋ ਸੀਗਾ ਵੀ ਮੈਂ MSP ਹੋਣੀ ਚਾਹੀਦੀ ਹੈ ਔਰ ਇਹ ਲੈ ਕੇ ਆਉਣੀ ਚਾਹੀਦੀ। ਜਦੋਂ ਪ੍ਰਾਈਮ ਮਿਨਿਸਟਰ ਬਣ ਗਏ ਉਦੋਂ ਉਹ ਗੱਲ ਤੇ ਭੁੱਲ ਗਏ ਸਾਰੇ, ਪਰ ਉਹ ਸਾਰਾ ਕੁਝ ਸਾਹਮਣੇ ਆ ਗਿਆ। ਸਵਾਮੀਨਾਥਨ ਨੂੰ ਜਦੋਂ ਇਹਨਾਂ ਨੇ ਐਡਾ ਵੱਡਾ ਪੁਰਸਕਾਰ ਦਿੱਤਾ ਹੈ ਔਰ ਉਹਦੇ ਉਹਦੇ ਉਹਦੀ ਸਕੀਮ ਹੈ ਜਿਹੜੀ ਉਹ ਲਾਗੂ ਕਰਕੇ ਰਾਜੀ ਨਹੀਂ। ਸੋ ਦੀਜ਼ ਆਰ ਦਾ ਥਿੰਗਸ ਜਿਹੜੀਆਂ ਉਹਨਾਂ ਨੂੰ ਪੁੱਛਣੀਆਂ ਚਾਹੀਦੀਆਂ ਸੀ ਔਰ ਪੁੱਛਣੀਆਂ ਬਣਦੀਆਂ ਆ। ਉਹ ਦੋ ਆਰਗੇਨਾਈਜੇਸ਼ਨਾਂ ਨਹੀਂ ਕਰ ਸਕਦੀਆਂ, ਉਹ 5ਵੇਂ ਹੀ ਕਰ ਸਕਦੀਆਂ। ਉਹ ਜੋ ਹੁਣ 40 ਬਣੀਆਂ ਨੇ ਨਾ, ਕਿ ਉਹ 40 ਦੀਆਂ 40 ਉੱਥੇ ਕਰਨਗੀਆਂ ਜੇ, ਤਾਂ ਹੀ ਉਹ ਪ੍ਰੈਸ਼ਰ ਜਿਹੜਾ ਰਾਈਟ, ਹੋਵੇਗਾ, ਵੈਲਡ ਤਾਂ ਵੈਲਡ, ਹੀ ਜਿਹੜੀ ਆ ਇਹ ਬਾਰਡਰ ਤੋਂ ਅੱਗੇ ਚੱਲ ਸਕੇਗੀ, ਤਾਂ ਹੀ ਜਿਹੜਾ ਇਹ ਨੈਸ਼ਨਲ ਮੂਵਮੈਂਟ ਫੇਰ ਬਣ ਜਾਵੇਗੀ। ਪਰ ਇਸ ਵੇਲੇ ਜਿਹੜੀ ਹੈ ਨਾ, ਉਹਨਾਂ ਨੇ ਇਹ ਜਿਵੇਂ ਮੈਂ ਆਖਿਆ ਆਪ ਘੋੜਾ ਮਾਰ ਲਿਆ ਜਾਂ ਕਿਸੇ ਨੇ ਮਾਰਤਾ ਘੋੜਾ ਇਸ ਵੇਲੇ, ਪਰ ਮੈਂ ਫੇਰ ਵੀ ਸਮਝਦਾ ਵੀ ਜਿਹੜੀਆਂ ਯੂਨੀਅਨ ਬਾਹਰ ਨੇ ਨਾ, ਬਹੁਤ ਵਧੀਆ ਜਿਹੜੀਆਂ SKM ਵਗੈਰਾ ਜਾਂ ਉਹ ਆਪਣਾ ਹਾਂ ਜੋਗਿੰਦਰ ਸਿੰਘ ਗੁਰਾਂ ਵਾਲੀ, ਉਹਨਾਂ ਨੇ ਫੇਰ ਵੀ ਮੈਗਨੈਨਿਟੀ ਵਿਖਾਈ ਹੈ। ਉਹਨਾਂ ਵੱਡਾ ਦਿਲ ਦਿਖਾਇਆ, ਫਰਾਖ ਦਿਲੀ ਦਿਖਾਈ ਹੈ, ਬਗੈਰ ਉਹਨਾਂ ਨੂੰ ਪੁੱਛਣ ਦੇ, ਬਗੈਰ ਇਨਵਾਈਟ ਕਰਨ ਦੇ ਵੀ ਉਹ ਜੜਿਆ ਆਉਂਦੇ ਨੇ ਵੀ ਅਸੀਂ ਨਾਲ ਹਾਂ। ਜੇ ਇਹਨਾਂ ਦੇ ਕੋਈ ਜ਼ੁਲਮ ਹੁੰਦਾ ਹੈ ਭਾਵੇਂ ਸਾਨੂੰ ਪੁੱਛ ਕੇ ਨਹੀਂ ਤੁਰੇ, ਪਰ ਜੇ ਇਹਨਾਂ ਦੀਆਂ ਮੰਗਾਂ ਠੀਕ ਨੇ, ਮੰਗਾਂ ਸਾਡੀਆਂ ਹੀ ਨੇ, ਮੰਗਾਂ ਇਹਨਾਂ ਦੀਆਂ ਵੱਖਰੀਆਂ ਨੀਗੀਆਂ, ਪਰ ਜਿਨ੍ਹਾਂ ਤੇ ਕੋਈ ਤਸ਼ੱਦਦ ਹੁੰਦਾ ਇਹਨਾਂ ਨੂੰ ਸਿੱਧਿਆਂ ਨਹੀਂ ਜਾਣ ਦਿੱਤਾ ਜਾਂਦਾ ਤੇ ਫਿਰ ਅਸੀਂ ਇਹਨਾਂ ਦੇ ਨਾਲ ਹਾਂ। ਪਰ ਇਹ ਉਹਨਾਂ ਦੀ ਵੱਡਦਲੀ ਹੈ, ਇਹ ਜਿਨ੍ਹਾਂ ਨੇ ਸ਼ੁਰੂ ਕੀਤਾ ਇਹਨਾਂ ਦੀ ਹਾਲੀ ਵੀ ਇਹਨਾਂ ਕੋਲ ਦੁੱਲਿਆਂ ਪੇਰਾਂ ਦਾ ਕੁਝ ਨਹੀਂ ਵਿਗੜਿਆ। ਦੇ ਸ਼ੁਡ ਸ਼ੋ ਮੈਗਨੈਨਿਮਿਟੀਜ਼ ਔਰ ਲੂਜ਼ ਦੇਅਰ ਈਗੋ ਐਂਡ ਗੈਟ ਆਲ ਦੋਜ਼ ਪੀਪਲ ਟੁਗੇਦਰ। 40 ਜਿਹੜੇ ਨਾ, ਜੇ ਜਾਣਾ ਵੀ ਹੈ ਦਿੱਲੀ ਤੇ 40 ਜਾਣ, ਦੋ ਨਾ ਜਾਣ, ਦੋ ਨੂੰ ਜਾ ਲੈਣ ਦੇਣਗੇ ਉਹ, ਤੇ ਉੱਥੇ ਜਾ ਕੇ ਬੈਠੇ ਰਹਿਣ। ਨਹੀਂ, ਮੈਂ ਇਹਦੇ 'ਚ ਐਡ ਕਰੂੰਗਾ ਪਿਸ਼ੋਰਾ ਜੀ, ਜਿਹੜਾ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ, ਅਸੀਂ ਕਹਿਤਾ ਵੀ 21 ਫਰਵਰੀ ਨੂੰ ਦਿੱਲੀ ਦਾ ਉਹਨਾਂ ਦਾ ਪ੍ਰੋਗਰਾਮ ਫਾਈਨਲ ਹੋ ਗਿਆ। ਪਹਿਲੀ ਗੱਲ, ਉਹਨਾਂ ਨੇ ਆਲਰੇਡੀ ਫਾਈਨਲ ਕਰਤਾ, ਕਿਉਂਕਿ ਹੁਣ ਉਹ ਵੀ ਅਸੈਸ ਕਰ ਰਹੇ ਨੇ ਕਿ ਕਿਆ ਸਿਚੁਏਸ਼ਨ ਹੈ, ਔਰ ਇਹ ਵਿੱਚ ਫਸ ਗਏ। ਹੁਣ ਇਹ ਵਨ ਸਟੈਪ ਫੋਰਵਰਡ ਟੂ ਸਟੈਪ ਬੈਕਵਰਡ ਵਾਲੀ ਸਿਚੁਏਸ਼ਨ ਹੈ ਇਹਨਾਂ ਵਾਸਤੇ। ਪਰ ਮੈਂ ਸਮਝਦਾ, ਕਿਉਂਕਿ ਦੇਖੋ ਜਿਹੜੀ ਔਰਗਨਾਈਜੇਸ਼ਨ ਹੁੰਦੀ ਹੈ ਨਾ, ਇਹ ਆਪਣਾ ਬੇਸ ਦੇਖਦੀਆਂ ਹੈ। ਇਹਨਾਂ ਨੂੰ ਪਤਾ ਕਿ ਜੇ ਅਸੀਂ ਸਟੈਪ ਫੋਰਵਰਡ ਨਹੀਂ ਕਰਾਂਗੇ, ਸਾਡਾ ਬੇਸ ਪੰਜਾਬ 'ਚ, ਕਿਉਂਕਿ ਦੂਜੇ ਬੰਦੇ ਵੀ ਜੀਰੋ ਐਕਟਿਵ ਹੋ ਨੇ, ਜਾਏ, ਜੀਰੋ ਉਹ ਹੋ ਘੱਟ ਜਾਏਗਾ। ਜਾਏਗਾ। ਸੋ ਇਹਨਾਂ ਨੂੰ ਦੇਖੋ, ਜੇ ਸਰਕਾਰ ਕੋਈ ਆਰਡੀਨੈਂਸ ਲਿਆਉਂਦੀ ਹੈ 5 ਕਰੋਪਸ ਦਾ, ਦੇਖੋ ਫਸਟ ਟਾਈਮ ਹੈ, ਚੋਈ ਕੋਈ ਬੰਦਾ ਬੁਲਾ ਰਿਹਾ, ਦੋ ਬੰਦੇ ਬੁਲਾ ਰਹੇ ਨੇ, ਚੀਮਾ ਸਾਹਿਬ ਨਾਲ ਮੈਂ ਸਹਿਮਤ ਨਹੀਂ। ਦੇਖੋ ਪਾਰਟੀਆਂ ਦੇ ਅੰਦਰ ਆਪਣੇ ਵਿੰਗ ਹੁੰਦੇ ਨੇ ਕਿਸਾਨਾਂ ਦੇ, ਉਹ ਪਰ ਮਨਿਸਟਰਾਂ ਦਾ ਚੰਡੀਗੜ੍ਹ 'ਚ ਆਉਣਾ, ਚਾਹੇ ਉਹ ਦੋਵਾਂ ਨੇ ਬੁਲਾਇਆ, ਚਾਹੇ ਉਹ RSS ਦੇ ਬੰਦੇ ਹੋਣ, ਹਾਂਜੀ ਇਹ ਹਾਂਜੀ, ਸਟੈਪ ਚਲੋ, ਫਾਰਵਰਡ ਹੈ ਮੇਰੇ ਹਿਸਾਬ ਨਾਲ। ਓਕੇ, ਥੈਂਕ ਯੂ। ਕੋਈ ਵੀ ਚੀਜ਼ ਦੀ ਕਮਿਟਮੈਂਟ ਜੇ ਫੈਡਰਲ ਗਵਰਨਮੈਂਟ ਇਸ ਕਾਰਪੋਰੇਟ ਵਰਲਡ 'ਚ ਕਰਦੀ ਹੈ ਔਰ ਉਹਨੂੰ ਕੈਰੀ ਫੋਰਵਰਡ, ਕਿਉਂਕਿ ਤੁਸੀਂ ਜਿਹੜੀ ਕਮਿਟ ਕਰਦੇ ਨਾ, ਫਿਰ ਤਾਂ ਇਹ ਪ੍ਰੋਲੋਂਗ ਪ੍ਰੋਸੈਸ ਹੈ। ਮੈਂ ਨਹੀਂ ਕਿ ਅੱਜ ਹੀ ਸਾਰੀ ਦੁਨੀਆ ਬਦਲ ਜਾਏਗੀ ਇੰਡੀਆ ਦੇ ਅੰਦਰ। ਆਫਟਰ ਆਲ ਕਿਸਾਨਾਂ ਦੀ ਮੂਵਮੈਂਟ ਤਾਂ ਕਦੀ ਸਟਾਰਟ ਹੀ ਨਹੀਂ ਹੋਈ, ਚਰਨ ਸਿੰਘ ਦੇ ਟਾਈਮ ਹੁੰਦੀ ਸੀ, ਹੱਟ ਕੈਦ ਦੇ ਟਾਈਮ ਹੋ ਗਈ, 20 ਸਾਲ ਹੋ। ਇਹ ਫਸਟ ਟਾਈਮ ਹੈ ਕਿ ਕਿਸਾਨਾਂ 'ਚ ਜਾਗ੍ਰਿਤੀ ਆ ਰਹੀ ਹੈ। ਔਰ ਅਜੇ ਓਕੇ, ਵੀ ਜਿਹੜਾ ਬਿਹਾਰ ਦਾ ਕਿਸਾਨ ਹੈ, ਤਾਮਿਲਨਾਡੂ ਦਾ ਕਿਸਾਨ ਹੈ, ਆਂਧਰਾ ਦਾ ਹਾਂਜੀ ਕਿਸਾਨ ਹੈ, ਉਹ ਅਜੇ ਜਾਗ੍ਰਿਤ ਨਹੀਂ ਜਿੰਨਾ ਉਹਨੂੰ ਹੋਣਾ ਚਲੋ, ਚਾਹੀਦਾ। ਓਕੇ, ਚਲੋ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਗੁਪਤਾ ਜੀ, ਸੋ ਸਰ, ਮੈਂ ਹੁਣ, ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਨਾ, ਉਦੋਂ ਵੀ ਸਾਰਾ ਹਾਂਜੀ, ਹਿੰਦੁਸਤਾਨ ਜਾਗ੍ਰਿਤ ਨਹੀਂ ਸੀ। ਉਦੋਂ ਇਹ ਕੁਛ ਜਾਗਰਤ ਹੁੰਦਾ ਲੋਕੀ ਤਾਂ ਜਿਹੜੇ ਉਹ ਸੈਪਰੇਟ ਜਾਗਰਤ ਸੀ, ਹੁੰਦਾ। ਜਿਨ੍ਹਾਂ ਨੇ ਜੰਗ ਲੜੀ ਔਰ ਸਾਰਾ ਹਿੰਦੁਸਤਾਨ ਆਜ਼ਾਦ ਹੋ ਗਿਆ। ਹਾਂਜੀ ਹਾਂਜੀ, ਸੋ ਮੈਂ ਹੁਣ ਰਿਕੁਐਸਟ ਕਰਾਂਗਾ ਗੈਰੀ ਸਿੰਘ ਜੀ ਨੂੰ। ਗੈਰੀ ਸਿੰਘ ਜੀ, ਤੁਸੀਂ ਆਪਣੇ ਇਹਦੇ ਉੱਤੇ ਥੋੜਾ ਵਿਚਾਰ ਸਪਸ਼ਟ ਕਰੋ ਕਿ ਇਹ ਮੈਂ ਕੋਸ਼ਿਸ਼ ਕਰ ਮੂਵਮੈਂਟਸ। ਰਿਹਾ, ਪਸ਼ੌਰਾ ਸਿੰਘ ਜੀ ਨੇ ਜਦੋਂ ਸਟਾਰਟ ਕੀਤਾ ਸੀਗਾ, ਉਹਨਾਂ ਦਾ ਪਰਪਸ ਸੀਗਾ ਬਈ ਦਿੱਲੀ ਤੋਂ ਇੰਨਾ ਟਾਈਮ ਲਾ ਕੇ ਉਹਨਾਂ ਨੇ ਇਹਨਾਂ ਨੂੰ ਕਿਸਾਨ ਮੂਵਮੈਂਟ ਨੂੰ ਪ੍ਰੋਮਿਸ ਕੀਤਾ, ਜਾਂ ਉਹਨਾਂ ਨੇ ਕਿਹਾ ਬਈ ਅਸੀਂ ਤੁਹਾਨੂੰ MSP ਦੇ ਦਿਆਂਗੇ। ਫਿਰ ਉਹ ਕੁਛ ਹੋਇਆ ਨਹੀਂ, ਇਹਨਾਂ ਨੂੰ ਕਰਨਾ ਪਿਆ। ਹੁਣ ਜਿਹੜੀ ਚੀਮਾ ਸਾਹਿਬ ਨੇ ਗੱਲ ਬੜਾ ਹਿੰਟ ਕੀਤਾ ਹੈਗਾ ਕਿ ਭੰਦੇਰ ਆ ਜਿਹੜੇ ਆ, ਇਹਨਾਂ ਨੇ ਉਸ ਵਕਤ ਹੀ ਇਹੋ ਜਿਹਾ ਕੰਮ ਪਿੱਛੇ ਬਹਿ ਕੇ ਕੀਤਾ ਸੀ, ਇੱਕਦਮ ਹੋਰ ਪਾਸੇ ਨੂੰ ਲੈ ਗਏ ਸੀ ਜਾ ਕੇ। ਉਹੀ ਲੋਕਾਂ ਨੂੰ ਸ਼ੱਕ ਹੁੰਦੀ ਹੈਗੀ ਆ ਵੀ ਕੁਛ ਸਮਥਿੰਗ ਗੋਇੰਗ ਰੋਂਗ, ਕਿ ਗਵਰਨਮੈਂਟ ਵੀ ਇਮੀਡੀਏਟਲੀ ਆ ਕੇ ਉਹਨਾਂ ਨੇ ਤਿੰਨਾਂ ਨੇ ਬੈਠ ਕੇ ਦੋਨਾਂ ਨੇ ਗੱਲਬਾਤ ਕਰੀ ਆ ਵੀ ਇਹਨੂੰ ਡਿਵਾਈਡ ਐਂਡ ਰੂਲ ਚੱਲਦਾ ਰਹੇ, ਸਾਡਾ ਕੰਮ ਠੀਕ ਹੋ ਜਾਏਗਾ, ਪੋਸੀਬਿਲਿਟੀ ਦੇ ਆ। ਲੋਕਾਂ ਦੇ ਆਪਣੇ ਆਪਣੇ ਪ੍ਰੋਡਿਕਸ਼ਨਸ ਨੇ,
ਸਾਰੇ ਦੇਖੋ ਵਰਲਡ ਦੇ ਵਿੱਚ ਜੇ NRO ਬੈਠੇ ਆ ਉਹ ਸਾਰੇ ਬਾਤ ਕਰ ਰਹੇ ਆ ਕਿ ਕੁਝ ਹੋ ਰਿਹਾ ਟੈਕਨੋਲੋਜੀ ਆ ਸੋ ਪੀਪਲ ਡਿਸਕਸ ਇਸ ਬਟ ਪੀਪਲ ਆਰ ਵੈਰੀ ਕੁਆਲੀਫਾਈਡ ਇਨ ਦਾ ਵਰਲਡ ਹੁਣ ਕੁਐਸਚਨ ਇਹ ਹੈਗਾ ਕਿ ਸਰਦਾਰਾ ਸਿੰਘ ਜੌਹਲ ਦੀਆਂ ਹੁਣ ਫਿਰ ਉਹ ਹਾਰਡ ਚੱਲ ਰਹੀਆਂ ਨੇ ਕੁਝ ਇੰਟਰਵਿਊਆਂ ਬੜੇ ਸਕਾਲਰ ਬੈਠੇ ਆ ਉਹ ਸਾਰੇ ਬੰਦੇ ਕੋਸ਼ਿਸ਼ ਇਹੀ ਕਰ ਰਹੇ ਨੇ ਕਿ ਜਿਹੜੇ ਇਹਨਾਂ ਨੂੰ ਜਾਂ ਲੀਡਰ ਨੇ ਜਾਂ ਉਹਨਾਂ ਦੇ ਨਾਲ ਨੇ ਉਹ ਇੰਨੇ ਉਹਨਾਂ ਕੋਲੇ ਬੰਦੇ ਸਕਾਲਰ ਨਹੀਂ ਹੈਗੇ ਜਿਹੜੇ ਕਿ ਉਹ ਇਹਨੂੰ ਡਿਸਕਸ ਕਰ ਸਕਣ ਬਈ ਕੀ MSP ਸਾਰਿਆਂ ਤੇ ਉਹ ਦੇ ਸਕਦੇ ਨੇ ਕੀ ਇੰਡੀਆ ਅਫੋਰਡ ਕਰ ਸਕਦਾ 100% ਫਾਰ ਹੋਲ ਇੰਡੀਆ ਔਰ ਇਕੱਲੇ ਪੰਜਾਬੀਆਂ ਨੂੰ ਦੇਣ ਉਹ ਸੋ ਇਹ ਜਿਹੜੀਆਂ ਡਿਸਕਸ਼ਨਸ ਨੇ ਇਹ ਬੜੇ ਅੱਛੇ ਤਰੀਕੇ ਨਾਲ ਡਿਬੇਟ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਤਦ ਹੀ ਹੋਣਗੀਆਂ ਜੇ ਬੰਦੇ ਅੰਡਰਸਟੈਂਡ ਕਰਨ ਹੁਣ ਦੋ ਚੀਜ਼ਾਂ ਹੈਗੀਆਂ ਨੇ ਭਦੇੜ ਸਾਹਿਬ ਦੀ ਤੇ ਜਿਹੜੇ ਦੱਲੇਵਾਲ ਨੇ ਉਹ ਆਪਣੇ ਕੰਮ ਚਲਾ ਰਹੇ ਨੇ ਉਹ ਤਾਂ ਇਸ ਤਰ੍ਹਾਂ ਚੱਲ ਰਿਹਾ ਵੀ ਜਿਵੇਂ ਅਸੀਂ ਇਕੱਲੇ ਹੀ ਹੁੰਦੇ ਹਾਂ ਉਹਨਾਂ ਨਾਲ 30-35 ਨੇ ਇੰਡੀਆ ਵੱਡੀਆਂ ਵੱਡੀਆਂ ਬੈਠੀਆਂ ਨੇ ਪਰ ਕੀਪ ਇਨ ਮਾਈਂਡ ਆਈ ਥਿੰਕ ਸੈਂਟਰ ਥੋੜਾ ਜਿਹਾ ਮਿਸਟੇਕ ਕਰ ਰਿਹਾ ਕਿ ਜਿਹੜੀਆਂ ਨਾ ਕਿਸਾਨ ਆ ਜਿਵੇਂ ਨਾ ਇੱਕ ਬੰਦਾ ਮੰਦਰ ਵਾਸਤੇ ਹਿੰਦੂ ਦੀ ਹਿੰਦੂ ਗੱਲ ਕਰਦਾ ਸਿੱਖ ਦੀ ਸਿੱਖ ਕਰਦਾ ਬੰਗਾਲੀ ਦੀ ਬੰਗਾਲੀ ਕਰਦਾ ਕੁਦਰਤੀ ਗੱਲ ਹੁੰਦੀ ਆ ਕਿਤੇ ਵੀ ਚਲੇ ਜਾਏ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੇ ਲੋਕ ਆਏ ਹੋਏ ਆਪਣੀ ਜੂਨੀਅਰ ਐਸੋਸੀਏਸ਼ਨ ਬਣਾਉਂਦੇ ਨੇ ਅਮਰੀਕਾ 'ਚ ਅਲੱਗ ਬਣਾਉਂਦੇ ਨੇ ਐਵੇਂ ਕਿਸਾਨਾਂ ਦੇ ਵਿੱਚ ਦਰਦ ਬਹੁਤ ਆ ਜਦੋਂ ਇੱਕ ਜੇ ਤੁਰ ਵੀ ਪਏ ਹੁਣ ਪ੍ਰੋਬਲਮ ਚੈਲੇਂਜ ਆ ਇਹ ਜਿਵੇਂ ਗੁਪਤਾ ਸਾਹਿਬ ਨੇ ਕਿਹਾ ਜੇ ਉਹ ਅੱਗੇ ਨਹੀਂ ਜਾਂਦੇ ਤਾਂ ਉਹ ਅੰਮ੍ਰਿਤਸਰ ਦੇ ਬੰਦੇ ਜ਼ਿਆਦਾ ਨੇ ਉਹਦੇ ਵਿੱਚ ਉਹ ਨੁਕਸਾਨ ਹੋਏਗਾ ਬਹੁਤ ਜ਼ਿਆਦਾ 200-400 ਬੰਦਾ ਜ਼ਖਮੀ ਹੋਏਗਾ ਹੋ ਗਿਆ ਉਹਦੇ ਨਾਲ ਮੂਵਮੈਂਟ ਵਧੇਗੀ ਵਰਲਡ ਦੇ ਵਿੱਚ ਵੀ ਇੰਡੀਆ ਨੂੰ ਵੀ ਇਹਦਾ ਨੁਕਸਾਨ ਹੋਏਗਾ ਇਹ ਕੋਈ ਮਖੌਲ ਵਾਲੀ ਗੱਲ ਨਹੀਂ ਹੈ ਦਿਸ ਇਜ਼ ਅ ਵੈਰੀ ਕ੍ਰਿਟੀਕਲ ਸਿਚੁਏਸ਼ਨ ਯੂ ਕੈਨਟ ਕਾਊਂਟ ਇਟ ਗੁਪਤਾ ਜੀ ਬਈ ਇਹ ਨੈਸ਼ਨਲ ਨਹੀਂ ਹੈਗੀ ਹੋਰ ਨਹੀਂ ਹੈਗੀ ਕਿਉਂਕਿ ਕਿਸਾਨ ਨੇ ਪੁਰਾਣੇ ਆ ਮੂਵਮੈਂਟਾਂ ਚੱਲਦੀਆਂ ਨੇ ਚਲੋ ਠੀਕ ਹੈ ਇਟਸ ਅ ਡਿਫਰੈਂਟ ਸਿਚੁਏਸ਼ਨ ਸੋ ਇਟਸ ਅ ਵੈਰੀ ਸੀਰੀਅਸ ਮੈਟਰ ਰਾਈਟ ਨਾਓ ਦੇ ਐਕਚੁਅਲੀ ਪੰਦੇਰ ਹੁਣਾਂ ਨੇ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਰਾਜੇਵਾਲ ਬੈਠੇ ਆ ਲੋਕਾਂ ਨੂੰ ਪੁਰਾਣੇ ਬੰਦਿਆਂ ਨਾਲ ਬੈਠਣ ਗੱਲ ਕਰਨ ਉਹ ਵੀ ਬੈਠ ਕੇ ਦਿੱਲੀ ਵਾਲੇ ਵੀ ਗੱਲ ਕਰਨ ਵੀ ਅਸੀਂ ਨਹੀਂ ਦੇ ਸਕਦੇ ਕੁਛ 5 ਹੀ ਲੈ ਲਓ ਅਸੀਂ ਪੰਜਾਬ ਦਾ ਵੀ ਕਰਦੇ ਹਾਂ ਦੁਨੀਆਂ ਦੇ ਆਈ ਥਿੰਕ ਸਿਆਣਪ ਵਾਲੀ ਗੱਲ ਹੈ ਪੋਲਿਟਿਕਸ ਨੇ ਜਿਹੜੀ ਹੁਣ ਪੰਜੇ ਇਲੈਕਸ਼ਨ ਆ ਰਹੀ ਆ ਇਹਦਾ ਮਤਲਬ ਇਹ ਨਹੀਂ ਕਿ ਇਲੈਕਸ਼ਨ ਦਾ ਫਾਇਦਾ ਲੈ ਲਓ ਵੀ ਕੋਈ ਗੱਲ ਨਹੀਂ ਦੇਖਾਂਗੇ ਫਿਰ ਹੋ ਜੂਗਾ ਸਮਥਿੰਗ ਰੋਂਗ ਗੋਇੰਗ ਔਨ ਓਕੇ ਜੀ ਤੁਸੀਂ ਹਰਪ੍ਰੀਤ ਤੁਸੀਂ ਹਾਂਜੀ ਆਪਣਾ ਹਾਂਜੀ ਜੀ ਸਰ, ਮੈਂ ਆਪਣਾ ਵਿਊ ਦੇ ਦਿੰਦਾ। ਮੇਰੇ ਵਿਊ ਤੋਂ ਪਹਿਲਾਂ ਆਪਦੇ ਮੈਂ ਵਿਊ ਦੱਸੋ ਆਪਦੇ ਪੁੱਛਣਾ ਚਾਹਾਂਗਾ ਵੀ ਜੇ ਕਿਸੇ ਨੇ ਕੋਈ ਕੁਐਸਚਨ ਹੈ ਤਾਂ ਦੱਸ ਦਿਓ ਜੀ, ਕੋਈ ਆਪਣਾ ਕੋਈ ਓਪੀਨੀਅਨ ਦੇਣਾ ਜੀ। ਚੀਮਾ ਸਰ, ਚੀਮਾ ਸਾਹਿਬ ਥੈਂਕ ਯੂ। ਗੈਰੀ ਜੀ, ਗੁਪਤਾ ਜੀ ਨੇ ਵੀ ਕਿਹਾ ਤਾਂ ਸਰ ਉਹ ਹੈ ਜੀ ਦੱਸ ਸਰ ਦੱਸ ਹਾਂਜੀ ਸਰ ਹਾਂਜੀ ਆਈ ਕੰਟੈਕਟ ਓਕੇ ਗੁਪਤਾ ਜੀ ਹਾਂਜੀ ਨੇ ਕਿਹਾ ਕੰਟੈਕਟ ਕਿ 21 ਤਰੀਕ ਨੂੰ ਇਹਨਾਂ ਨੇ ਪਾਰਟ ਬਣਾ ਲਿਆ ਕਿ ਅਸੀਂ ਦਿੱਲੀ ਜਾਵਾਂਗੇ ਜਾਵਾਂਗੇ। ਸਾਰੇ ਏਜੰਸੀਆਂ ਨੇ ਉਹੀ ਮੈਂ ਕਹਿੰਦਾ ਵੀ ਦੋ ਗਰੁੱਪ ਜਿਹੜੇ ਖੜੇ ਨੇ ਹਰ ਵਾਰੀ ਦਬਕਾ ਮਾਰ ਕੇ ਕਹਿ ਦਿੰਦੇ, ਹੁਣ ਵੀ ਕਹਿੰਦੇ ਜੀ ਅਸੀਂ ਆਹ 2 ਦਿਨ ਦੇ ਦਿੱਤੇ, 2 ਦਿਨਾਂ ਸਾਡਾ ਸਮਝੌਤਾ ਹੋ ਗਿਆ, ਨਹੀਂ ਅਸੀਂ 21 ਨੂੰ ਇੰਨੇ ਵਜੇ ਚੱਲਾਂਗੇ, ਉਮੀਦ ਹੈ ਸਾਨੂੰ ਕਿ ਸਾਡਾ ਕੁਛ ਨਾ ਕੁਛ ਹੱਲ ਨਿਕਲ ਆਊਗਾ। ਮੀਨਸ ਦੀਜ਼, ਮੈਂ ਪਹਿਲਾਂ ਕਿਹਾ ਕਿ ਇਹ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਨੇ, ਉਹਨਾਂ ਦੇ ਪ੍ਰੀ ਡਿਜ਼ਾਇਨ ਗੇਮ ਹੈਗੀ ਹੈ, ਦੇ ਆਰ ਪਾਰਟ ਆਫ ਦੇ ਡਿਜ਼ਾਇਨ। ਸੋ ਇਹਨਾਂ ਨੇ ਕੁਛ ਨਹੀਂ ਕਰਨਾ, ਜਿਵੇਂ ਗੈਰੀ ਜੀ ਨੇ ਕਿਹਾ ਕਿ ਇੰਨੀਆਂ ਟੀਮਾਂ ਨੇ ਪਾਰਟੀਆਂ ਸੀਗੀਆਂ, ਸਿਰਫ ਸਰ ਉਹ ਡਿਵਾਈਡ ਕਰਨ ਕਰਕੇ ਇਹਨਾਂ ਨੂੰ ਵੱਖ ਕੀਤਾ ਕਿ ਇਹਨਾਂ ਨੂੰ ਯੂਜ਼ ਕਰਕੇ ਉਹ ਬਾਕੀਆਂ ਨਾਲ, ਉਹਨਾਂ ਨੇ ਇਹਨਾਂ ਨੇ ਐਕਸੈਪਟ ਕੋਈ ਵੀ ਕਰਨਾ ਮੰਨਣਾ ਤਾਂ ਹੈ ਨਹੀਂ, ਪਰ ਸਿਰਫ ਡਿਵੀਜ਼ਨ ਪਾਉਣੀ ਸੀ, ਡਿਵੀਜ਼ਨ ਕਰਕੇ ਉਹਨੇ ਇੱਕ ਫੇਸ ਸੇਵਿੰਗ ਵਾਸਤੇ ਲੋ ਜੀ ਆਹ ਪਾਰਟੀ ਸੀ, ਇਹਨਾਂ ਨੇ ਇੱਥੇ ਤੱਕ ਅਸੀਂ ਆਪਣਾ ਕੰਪਰੋਮਾਈਜ਼ ਕਰਤਾ, ਔਰ ਇਹਨੂੰ ਲਿਮਿਟ ਵੀ ਇੱਥੇ ਤੱਕ ਕਰਤਾ, ਦਿੱਲੀ ਜਾਣ ਵੀ ਨਹੀਂ ਦੇਣਾ, ਮੈਂ ਉਹੀ ਇਹਨਾਂ ਕਰ ਰਿਹਾ। ਸੋ ਮੀਨਸ ਉਹੀ ਹੈ ਕਿ ਤੁਸੀਂ ਆਪਣੇ ਆਪਣੇ ਇੰਟਰਸਟ ਕਰਕੇ, ਚਾਹੇ ਤਾਂ ਉਹ ਆਪਣੀ ਸਟੇਟਮੈਨਸ਼ਿਪ ਕਰ ਲਓ ਜਾਂ ਲੀਡਰਸ਼ਿਪ ਲੈਣ, ਸਾਡਾ ਨਾਂ ਹੋ ਜਾਏ ਅਸੀਂ ਅੱਗੇ ਆ ਜਾਈਏ। ਸੋ ਇਹਦੇ ਵਿੱਚ ਉਹੀ ਹੈ ਕਿ ਹੁਣ ਇਹਨਾਂ 2-4 ਗਰੁੱਪਾਂ ਨਾਲ ਲਾ ਲਿਆ, ਬਾਕੀ ਗਰੁੱਪਾਂ ਨੂੰ ਜੇ ਨਹੀਂ ਲਾ ਰਹੇ, ਹੁਣ ਵੀ ਇਹਨਾਂ ਦੀ ਈਗੋ ਹੈ। ਗੁਪਤਾ ਜੀ ਨੇ ਕਿਹਾ, ਉਹ ਗਰਾਹਾਂ ਗਰੁੱਪ ਨੇ ਕਿਹਾ, ਈਵਨ SKM ਕਿਹਾ, ਸਾਰਿਆਂ ਨੇ ਕਿਹਾ ਕਿ ਵੀ ਠੀਕ ਹੈ ਇਹਨਾਂ ਨੇ ਸਾਨੂੰ ਬਿਨਾਂ ਪੁੱਛੇ ਗਲਤ ਪ੍ਰੋਗਰਾਮ ਕੀਤਾ, ਜੇ ਸਾਨੂੰ ਕੌਨਫੀਡੈਂਸ ਲੈ ਕੇ ਅਸੀਂ ਵੀ ਨਾਲ ਚੱਲਦੇ। ਇਹ ਜਿਹੜੀਆਂ ਡਿਮਾਂਡ ਨੇ ਇਹ ਸਾਡੀਆਂ ਸਾਰੀਆਂ SKM ਦੀਆਂ ਡਿਮਾਂਡ ਨੇ, ਜਿਹੜੀਆਂ 2 ਸਾਲ ਪਹਿਲਾਂ ਸੀ ਉਹ ਗੌਰਮੈਂਟ ਮੰਨੀ ਸੀਗੀ, ਉਸ ਤੋਂ ਬਾਅਦ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਉਦੋਂ ਵੀ ਕਿਹਾ ਸੀ ਕਮੇਟੀ ਬਣਾ ਦਿੱਤੀ ਸੀ, ਸਾਡੇ ਮੈਂਬਰ ਹੀ ਲਏ, ਹੁਣ ਵੀ ਕਹਿੰਦੇ ਕਮੇਟੀ ਬਣਾ ਦਿਆਂਗੇ। ਇਟ ਮੀਨਸ ਦੈਟਸ ਅ ਡਿਲੇਇੰਗ ਟੈਕਟਿਕ, ਉਹਨਾਂ ਦੇਣਾ ਕੁਛ ਨਹੀਂ ਹੈਗਾ, ਸਿਰਫ ਤੁਹਾਨੂੰ ਬਦਨਾਮ ਕਰਨਾ ਜਾਂ ਜੇ ਕੰਪਰੋਮਾਈਜ਼ ਕਰਨਾ ਤਾਂ ਉਹ ਕਰਨਾ ਜਿਹਦੇ ਵਾਸਤੇ ਉਹਨਾਂ ਨੂੰ ਫੇਸ ਸੇ ਵੀ ਮਿਲੇ ਪਰ ਬਾਕੀਆਂ ਦੇ ਅਗੇਂਸਟ ਜਾ ਸਕੇ। ਸੋ ਉਹ ਪਾਰਟੀਆਂ ਅਜੇ ਵੀ ਕਹਿ ਰਹੇ ਕਿ ਅਸੀਂ ਨਾਲ ਹਾਂ ਪਰ ਸਾਨੂੰ ਨਾਲ ਲੈ ਕੇ ਅਸੀਂ ਇਹਨਾਂ ਦੇ ਮਗਰ ਜਾ ਕੇ ਨਹੀਂ ਬਹਿ ਸਕਦੇ, ਪਰ ਜੇ ਇਹਨਾਂ ਨਾਲ ਧੱਕਾ ਹੋਊਗਾ ਵੀ ਵਿਲ ਕਮ ਇਨ ਦੇਅਰ ਸਪੋਰਟ, ਅਸੀਂ ਸਾਰੇ ਆਵਾਂਗੇ। ਔਰ ਇਹਨਾਂ ਨੂੰ ਅਜੇ ਵੀ ਜੇ ਕੋਈ ਕੁਐਸਚਨ ਕਰਦੇ ਪੱਤਰਕਾਰ, ਕਹਿੰਦੇ ਕਿ ਕਹਿੰਦੇ ਜੀ ਅਸੀਂ ਨਹੀਂ ਉਹਨਾਂ ਨੂੰ ਬੁਲਾਉਣਾ, ਉਹਨਾਂ ਨੇ ਆਉਣਾ ਤਾਂ ਆ ਜਾਣਾ, ਜੇ ਨਹੀਂ ਸਾਡੇ ਕੋਲ ਆਉਣਾ ਕਿਸੇ ਹੋਰ ਥਾਂ ਤੇ ਆ ਕੇ ਧਰਨਾ ਲਾ ਲੈ। ਸੋ ਇੰਨੀ ਈਗੋ, ਜਾਂ ਤਾਂ ਇਹਨੂੰ ਈਗੋ ਕਹਿ ਲਓ ਜਾਂ ਦੇ ਆਰ ਪਾਰਟ ਆਫ ਡਿਜ਼ਾਈਨ, ਉਹ ਡਿਜ਼ਾਈਨ ਤੋਂ ਬਾਹਰ ਆ ਨਹੀਂ ਸਕਦੇ। ਸੋ ਦੈਟਸ ਓਨਲੀ ਆਈ ਵਾਂਟ ਟੂ ਸੇ ਥੈਂਕ ਯੂ। ਓਕੇ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹਾਂਜੀ ਹਾਂਜੀ,
ਹਰਪ੍ਰੀਤ ਜੀ, ਮੈਂ ਇਹੋ ਗੱਲ। ਮੇਰਾ ਸਵਾਲ ਸੀਗਾ ਵੀ ਓਕੇ ਜੇ ਹਾਂਜੀ ਇਹ ਜਿਹੜੀ ਚੀਮਾ ਸਾਹਿਬ ਨੇ ਹੁਣ ਗੱਲ ਕੀਤੀ ਹੈ ਨਾ, ਇਹ ਹਾਂਜੀ ਡਿਸਕਸ਼ਨ ਜਿਹੜੀ ਹੈ ਨਾ, ਇਟ ਸ਼ੁਡ ਹੈਵ ਸਟਾਰਟਡ ਫਰੋਮ ਦੇਅਰ ਵੇਅਰ ਇਟ ਵਾਸ ਚਲੋ ਫਿਨਿਸ਼ਡ ਹੋ ਦਿੱਲੀ ਗਿਆ ਠੀਕ 2 ਸਾਲ ਪਹਿਲਾਂ। ਔਰ ਰਾਈਟ। ਉਹ ਇਸ ਕਪੈਸਿਟੀ ਵਿੱਚ ਦੋ ਯੂਨੀਅਨਾਂ ਜਿਹੜੀਆਂ ਉਹ ਨਹੀਂ ਸੀ ਪੁੱਛ ਸਕਦੀਆਂ, ਉਹ ਤਾਂ ਹੀ ਨਹੀਂ ਪੁੱਛ ਬੋਲ ਸਕਦੀਆਂ, ਸਕਦੇ 40 ਦੀਆਂ 40 ਉੱਥੇ ਹੁੰਦੀਆਂ, ਤੇ ਉਹ ਕੱਢ ਕੇ ਬਹਿ ਜਾਂਦੀਆਂ ਵੀ ਆਹ ਦੀਜ਼ ਆਰ ਦ ਐਗਰੀਮੈਂਟਸ ਜਿਹੜੀਆਂ ਸਾਨੂੰ ਤੁਸੀਂ ਉੱਥੇ ਵਿਸ਼ਵਾਸ ਦੇ ਕੇ ਤੇ ਸਾਡੇ ਕੈਂਪ ਚ ਕਾਇਆ ਸੀ ਵੀ ਜਾਓ ਤੁਸੀਂ ਘਰਾਂ ਨੂੰ, ਤੁਹਾਡਾ ਸਭ ਕੁਝ। ਮੋਦੀ ਸਾਹਿਬ ਨੇ ਕਿਹਾ ਸੀ ਆਈ ਐਮ ਸੌਰੀ ਦੈਟ ਆਈ ਕੁਡਨਟ, ਕੀ ਉਹਨਾਂ ਦੇ ਸ਼ਬਦ ਸੀਗੇ ਵੀ ਮੈਂ ਜਾਣ ਨਹੀਂ ਸਕਿਆ, ਵੀ ਮੈਂ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਿਆ, ਪਰ ਸਾਰਾ ਕੁਝ ਤੁਹਾਡੇ, ਪਰ ਆਈ ਯੂ ਨੋ ਆਈ ਐਮ ਸੌਰੀ ਫਰ ਦੈਟ ਐਂਡ ਵੀ ਟੇਕ ਇਟ ਬੈਕ। ਉਹ ਚਲੋ ਸਾਰਾ ਕੁਝ ਓਕੇ। ਜਿਹੜਾ ਸੀਗਾ ਨਾ ਉੱਥੋਂ ਗੱਲ ਸ਼ੁਰੂ ਹੋਣੀ ਚਾਹੀਦੀ ਸੀ ਵੀ ਉਹ 2 ਢਾਈਆਂ ਸਾਲਾਂ ਦੇ ਵਿੱਚ, 2 ਸਾਲਾਂ ਦੇ ਵਿੱਚ ਜਿਹੜੀ ਉਹ ਕਮੇਟੀ ਤੁਸੀਂ ਬਣਾਈ ਸੀ ਉਹਨੇ ਕੀ ਮਤਲਬ ਉਹ MSP ਕਿਵੇਂ ਅਸੀਂ ਲੈਣੀ ਹੈ ਤੇ ਕਿਵੇਂ, ਬਾਕੀ ਜਿਹੜੇ ਇਸ਼ੂ ਨੇ 12 ਇਸ਼ੂ ਨੇ ਹੈਗੇ ਜਿਨ੍ਹਾਂ ਦਾ ਰਾਤੀ ਨਹੀਂ ਹੋ ਰਾਈਟ ਗਿਆ, ਇਹਨਾਂ ਦਾ 2 ਸਾਲ ਤੋਂ ਜਿਹੜਾ ਉਹ ਦੱਸਣ ਲਟਕੇ ਆ ਰਹੇ ਨੇ, ਉਹਨਾਂ ਰਾਈਟ। ਉਹਨਾਂ ਵਿੱਚੋਂ ਜੋ ਉੱਥੋਂ ਗੱਲ ਸ਼ੁਰੂ ਹੋਣੀ ਚਾਹੀਦੀ ਸੀ, ਹੁਣ ਇਹ ਗੱਲ ਜਿਹੜੀ ਰਾਤੀ ਸ਼ੁਰੂ ਹੋਈ ਹੈ ਇੰਜ ਲੱਗਦਾ ਵੀ ਜਿਸ ਤਰ੍ਹਾਂ ਗੱਲ ਹੀ ਹੁਣ ਸ਼ੁਰੂ ਹੋਈ ਹੈ। ਔਰ ਉਹਨਾਂ ਨੇ ਆਖਿਆ ਹੁਣੇ ਹੁਣ ਜਿਹੜਾ ਇਹ ਇਨੋਵੇਟਿਵ ਮੈਥਡ ਲੈ ਕੇ ਆਏ ਆ, ਇਹ ਕਿੰਨਾ ਸਾਲਾਂ ਦਾ MSC ਦਾ ਇਹਨਾਂ ਨੂੰ ਹੁਣ ਮਤਲਬ ਚੇਤਾ, ਹੁਣ ਤਾਂ ਜਾਣਾ ਜਦੋਂ ਚਲੋ ਪੂਰੇ ਜਾਣ ਗੱਲ ਆ ਗਈ ਕਲੀਅਰ। ਬਹਿ ਗਏ ਤੇ ਫਿਰ ਉਹ ਚਲੋ ਕੁੜੀ ਦੇ ਕੰਨ ਜਿੱਤੇ ਆ ਉਹ ਵਿੰਨਦੇ ਆ, ਚਲੋ ਜੀ ਗੱਲ ਕਲੀਅਰ ਸਮਝ ਹੈ ਰਹੇ ਹੋ ਨਾ। ਦੇਖੋ ਹੁਣ ਜੀ, MSP ਜਦੋਂ ਦਾ ਇਸ਼ੂ ਜਿਹੜਾ ਸਰ ਆ ਉਹ ਮੀਟਿੰਗਸ ਹੋਣੀਆਂ, ਇਨੋਵੇਟਿਵ ਮੀਟਿੰਗ ਦੇ ਵਿੱਚ ਤਾਂ ਗੱਲ ਤਾਂ ਕਿਸੇ ਪੁਆਇੰਟ ਤੋਂ ਸਟਾਰਟ। ਛੋੜੋ ਛੋੜੋ ਜਿਹੜਾ ਜੀ ਇਹਨਾਂ ਦੇ ਮਾਹਰ ਨੇ ਜਿਹੜੇ ਉਹਨਾਂ ਨੇ ਇਨੋਵੇਟਿਵ ਤਰੀਕਾ ਉਹਨਾਂ ਨੂੰ 2024 ਵਿੱਚ ਦੱਸਿਆ, ਜਦੋਂ ਇਹ ਮਸਲਾ ਹੈ ਜਿਹੜਾ ਹੈ 2014 ਤੋਂ ਜਿਹੜਾ ਚੱਲ ਰਿਹਾ। ਦੇਖੋ ਸੋ ਛੋੜੋ ਇਹ ਜੀ ਇਹ ਥੈਂਕ ਯੂ। ਦੀਸ ਆਰ ਦਾ ਹਾਂ ਡਾਊਟ ਜੀ ਹਾਂ ਜਿਹੜੇ ਜੀ ਕਿਸਾਨਾਂ ਨੂੰ ਜਿਹੜਾ ਸ਼ੱਕ ਪਾਉਂਦੇ ਨੇ ਵੀ ਇਹ ਕਿਸਾਨ ਜਿਹੜੀ ਗਵਰਨਮੈਂਟ ਆ ਇਹ ਕਿਸਾਨ ਹਿੱਤੀ ਨਹੀਂ ਗੀ, ਇਹ ਕਾਰਪੋਰੇਟ ਹਿੱਤੀ ਆ, ਔਰ ਇਹ ਟਾਈਮ ਬਾਈ ਕਰ ਰਹੇ ਆ, ਗੋਂਗਲੋਂ ਤੋਂ ਮਿੱਟੀ ਚੱਲ ਰਹੇ ਆ, ਪਰ ਅਲਟੀਮੇਟਲੀ ਇਹਨਾਂ ਨੇ ਜੇ ਇਹ ਆਰਡੀਨੈਂਸ ਜਿਹੜਾ ਤੁਸੀਂ ਕਹਿੰਦੇ ਜੇ ਆਰਡੀਨੈਂਸ ਪਾਸ ਲੈ ਵੀ ਆਉਂਦੇ ਆ ਤੇ ਆਰਡੀਨੈਂਸ ਤੇ ਕਹਿੰਦੇ ਡਿਸਕਸ਼ਨ ਕਰਨੀ ਉੱਥੇ ਉੱਥੇ ਆਪੋਜੀਸ਼ਨ ਨੇ ਸਾਰੇ ਉਹਨਾਂ ਨੂੰ ਬਾਹਰ ਕੱਢ ਦਿਆ ਆਲਰੇਡੀ। ਹਾਂਜੀ ਹਾਂਜੀ ਜੀ ਸਰ, ਸੋ ਬੇਸ਼ੱਕ 50 ਲੀਡਰਸ਼ਿਪ ਸ਼ੱਕ, 40 ਲੀਡਰਸ਼ਿਪ ਸ਼ੱਕ, 2 ਲੀਡਰਸ਼ਿਪ, ਜਿਹੜੇ ਮੁੱਦੇ ਨੇ ਉਹ ਸਾਰੇ ਕਿਸਾਨਾਂ ਦੇ ਨੇ। ਜੇ ਪਤਾ ਹੀ ਜਿਹੜੇ ਉਹ ਲੀਡਰ ਨਹੀਂ ਜਾਣਗੇ, ਇਹਦਾ ਮਤਲਬ ਇਹ ਨਹੀਂ ਕਿ ਸਾਰਾ ਪੰਜਾਬ ਨਹੀਂ ਉੱਥੇ ਜਾਊਗਾ, ਬਿਲਕੁਲ ਆਪਾਂ ਉਹ ਤਾਂ ਇੱਥੇ ਜਾਣਾ ਹੀ ਜਾਣਾ। ਤੁਸੀਂ ਜਿੰਨਾ ਮਰਜ਼ੀ ਕਹੀ ਜਾਓ, ਵੀ ਉਹਨੇ ਬਿਠਾ ਲਿਆ, ਥੋੜੇ ਮੋਟੇ ਹੋਣਗੇ, ਪਰ ਇਹ ਕਿਸਾਨ ਤੁਰਨਾ ਜਾਣਗੇ, ਤੁਰਨਾ, ਇਹ ਕਿਸਾਨ ਕਾਫਲਾ ਬਿਲਕੁਲ ਤੁਰਨਾ ਹੀ ਤੁਰਨਾ। ਤੁਰਨਾ ਮੈਂ ਹੀ ਤਾਂ ਪਹਿਲਾਂ ਤੁਰਨਾ। ਕਹਿਤਾ, ਮੈਂ ਤਾਂ ਪਹਿਲਾਂ ਕਹਿਤਾ ਕਾਫਲਾ ਤੁਰੂਗਾ ਦੇਖੋ ਉਹ ਕੀ ਤੇ ਕਰਦੇ ਤੁਰ ਆ। ਪਿਆ, ਉਹ ਤਾਂ ਗਰੇਵਾਲ ਸਾਹਿਬ ਉਹਨਾਂ ਨੂੰ ਭਾਵੇਂ ਵੇਖੋ ਇਹ ਉਸ ਤਰ੍ਹਾਂ ਵਿਆਹ ਤੇ ਆਉਣ ਵਾਲੀ ਗੱਲ ਹੈ ਵੀ ਉਹ ਮੁੰਡੇ ਦਾ ਵਿਆਹ ਵੇ ਤੇ ਤੁਰਿਆਂ ਤੁਰਿਆਂ ਜਾਂਦੇ, ਕੱਲ ਕਿਸੇ ਨੇ ਮਿਸਾਲ ਬੜੀ ਦਿੱਤੀ ਹੈ ਵੀ ਕੱਲ ਨੂੰ ਯਾਦ ਆ ਮੁੰਡੇ ਦਾ ਵਿਆਹ ਆਇਆ ਨਹੀਂ, ਪਿਸ਼ੌਰਾ ਜੀ ਆਹ ਜਿਹੜੇ ਉਹ ਫਿਰ ਵਿਆਹ ਵੀ ਆ ਬੋਲ ਗਏ, ਰਹੇ, ਉਹ ਫਿਰ ਵੀ ਆ ਪਿਸ਼ੌਰਾ ਜੀ, ਗਏ ਆ, ਪਿਸ਼ੌਰਾ ਉਹਨਾਂ ਜੀ, ਨੇ ਪਿਸ਼ੌਰਾ ਜਿਹਨੇ ਜੀ, ਜਾਣਾ ਹੀ ਜਾਣਾ, ਪਿਸ਼ੌਰਾ ਜੀ, ਪਰ ਇਹ ਪਿਸ਼ੌਰਾ ਉਹਨਾਂ ਜੀ, ਦੀ ਵਡਿਆਈ ਆ। ਸਰ ਵੀ ਤੁਸੀਂ ਜਿਹੜੇ ਵੀ ਆਪਣੇ ਪੁਆਇੰਟਸ ਦੇਣੇ, ਹੁਣ ਟਾਈਮ ਥੋੜਾ, 1-1 ਮਿੰਟ ਦੇ ਵਿੱਚ ਦੇ ਦਿਓ। ਹਾਂਜੀ ਸੋ ਹਾਂਜੀ ਜੀ, ਗਰੇਵਾਲ ਸਾਹਿਬ ਤੁਸੀਂ ਕੁਝ ਕਹਿਣਾ ਤਾਂ ਨਹੀਂ ਹੋਰ? ਮੈਂ ਕਹਿਣਾ ਜੀ, ਦੇਖੋ ਇਹ ਪੰਜਾਬ ਦਾ ਰੈਵੋਲੂਸ਼ਨ ਆ, ਇੰਡੀਆ ਦਾ ਗਵਰਨਮੈਂਟ ਦਾ ਦੇ ਵਰਕ ਖਿਲਾਫ ਆ। ਇਹਨੂੰ ਜੇ ਗਵਰਨਮੈਂਟ ਨੇ ਨਾ ਰਾਈਟਲੀ ਸਾਂਭਿਆ, ਗਵਰਨਮੈਂਟ ਦਾ ਵੀ ਨੁਕਸਾਨ ਆ, ਇੰਡੀਆ ਦਾ ਵੀ ਨੁਕਸਾਨ ਆ। ਕਿਉਂ? ਆਪਾਂ ਜਿਸ ਅੱਜ ਕੱਲ੍ਹ ਜਿਸ ਥਾਂ 'ਤੇ ਅਸੀਂ ਰਹਿੰਦੇ ਹਾਂ, ਅੱਜ ਕੱਲ੍ਹ ਜਿਹੜੀ ਇਨਫੋਰਮੇਸ਼ਨ ਆ ਉਹ ਇਕੱਲੀ ਇਹ ਨਹੀਂ ਕਿ ਜੇ ਮੋਦੀ ਨੇ ਫਿਰ ਉਹਨਾਂ ਨੂੰ ਨਹੀਂ ਮੰਨਿਆ ਉੱਥੇ ਗੱਲ, ਉਹਦਾ ਇਫੈਕਟ ਬਾਹਰ ਵੀ ਪੈਂਦਾ। ਰਾਈਟ। NRIਆਂ ਨੇ ਉੱਥੇ ਉੱਥੇ ਇਨਵੈਸਟਮੈਂਟ ਕਰਨੀ ਹਟ ਜਾਣੀ ਆ, ਬਾਹਰਲੇ ਕੰਪਨੀਆਂ ਉੱਥੇ ਜਾਣੀਆਂ ਨਹੀਂ ਹੈਗੀਆਂ, ਉਹਨਾਂ ਨੂੰ ਵੀ ਪਤਾ ਵਾ। ਇਹ ਯਾ ਚੀਜ਼ਾਂ ਸਾਰੇ ਇਫੈਕਟ ਕਰਦੀਆਂ ਨੇ, ਇਸ ਕਰਕੇ ਬਿਲਕੁਲ ਇਹਨਾਂ ਨੂੰ ਬੜੇ ਕੀ ਕਹਿੰਦੇ ਹੁੰਦੇ ਵੀ ਬਹੁਤ ਹੀ ਸੁਲਝਿਤ ਨਾਲ ਇਹਨਾਂ ਨੂੰ ਸਾਂਭਣਾ ਪੈਣਾ। ਮੈਂ ਚਰਨਜੀਤ ਜੀ ਨੇ ਜਿਹੜੇ ਪਹਿਲੇ ਕਮੈਂਟ ਕੀਤੀ ਆਬਜ਼ਰਵੇਸ਼ਨ ਸੀ ਤੇ ਸੈਕੰਡ ਕੀਤੀ ਸੀ ਤੇ ਮੈਂ ਉਹਨਾਂ ਨਾਲ ਫੁੱਲੀ ਐਗਰੀ ਕਰਦਾ, ਬਿਲਕੁਲ ਠੀਕ ਸੀ ਤੇ ਮੈਂ ਉਹਨਾਂ 'ਚ ਥੋੜ੍ਹਾ ਐਡ ਹੀ ਕਰੂੰਗਾ। ਇਹਨਾਂ ਨੇ ਕਿਹਾ ਕਿ ਉਹਦੇ ਕਿਸਾਨ ਹੈ, ਉਹਨਾਂ ਨੇ ਉੱਥੇ ਜਾਣਾ ਹੀ ਜਾਣਾ ਆ, ਇਹ 'ਚ ਕੋਈ ਸ਼ੱਕ ਨਹੀਂ, ਪਰ ਰੌਲਾ ਉਹੀ ਹੈ ਕਿ ਜਿਹੜੇ ਲੀਡਰ ਚਾਹੇ ਪਾਰਟ ਆਫ ਡਿਜ਼ਾਈਨ ਵੇਖ ਕੇ ਜਾਂ ਉਹਨਾਂ ਦੇ ਸੈਲਫ ਪਰਸਨਲ ਕੋਈ ਮੋਟਿਵ ਸੀਗੇ, ਉਹਨਾਂ ਨੇ ਪੰਗਾ ਤਾਂ ਲੈ ਲਿਆ, ਉਹ ਸੈਂਟਰ ਨਾਲ ਕੰਪਰੋਮਾਈਜ਼ ਵੀ ਕਰਦੇ, ਸੈਂਟਰ ਦੇ ਅਗੇਂਸਟ ਵੀ ਨਹੀਂ ਜਾ ਸਕਦੇ, ਪਰ ਉਹ ਜਿਹੜੇ ਉੱਥੇ ਸ਼ੰਭੂ ਤੇ ਬੈਠੇ ਨੇ ਉਹਦੇ ਦੂਜੇ ਪਾਸੇ ਬੈਠੇ ਨੇ, ਉਹ ਬੰਦੇ ਉਹਨਾਂ ਨੂੰ ਟਿਕਣ ਨਹੀਂ ਦਿੰਦੇ, ਉਹ ਕਹਿੰਦੇ ਸਾਨੂੰ ਦੱਸੋ ਅਸੀਂ ਦਿੱਲੀ ਜਾਣਾ ਹੈ, ਤੁਹਾਡਾ ਕੰਪਰੋਮਾਈਜ਼ ਹੋ ਗਿਆ ਕਿ ਨਹੀਂ, ਕੰਪਰੋਮਾਈਜ਼ ਵੀ ਉਹਨਾਂ ਨੂੰ ਐਕਸੈਪਟੇਬਲ ਹੋਊਗਾ, ਦੈਨ ਦੇ ਵਿਲ ਗੋ ਐਕਸੈਪਟ, ਅਦਰਵਾਈਜ਼ ਉਹ ਕਹਿਣ ਕਿ ਦਿੱਲੀ ਜਾਣਾ। ਬਾਕੀ ਜਿਵੇਂ ਸਾਰੇ ਸਾਹਿਬ ਤੁਹਾਡੀ ਪ੍ਰੋਡਕਸ਼ਨ ਕੀ ਆ, ਤੁਹਾਡਾ ਆਈਡੀਆ ਠੀਕ ਆ, ਹਾਂ ਸਾਰਾ ਪ੍ਰੋਡਕਸ਼ਨ ਸਮਝ ਦਿਓ, ਆ ਤੁਹਾਨੂੰ, ਮੈਨੂੰ ਇਹਦਾ ਤੁਹਾਡੀ ਪ੍ਰੋਡਕਸ਼ਨ ਕੀ ਆ, ਕੀ ਇਹ ਉਹ ਤੁਰ ਪੈਣਗੇ ਜਾਂ ਨਹੀਂ ਜਾਣਗੇ ਜਾਂ ਨਹੀਂ ਜਾਣ, ਬਸ ਇਹ ਦੱਸੋ। ਸਰ ਦਿੱਲੀ ਤਾਂ ਨਾ ਜਾਣਗੇ ਤੇ ਨਾ ਉਹਨਾਂ ਨੇ ਜਾਣ
एक गुप्ता जी सुन लो हूँ, मेनू गिव मी चलो वन कर। मिनट। हाँ जी, ओके ओके, गो हेड सर। ये अपना पार्टिसिपेट करे ना मासा, जे लीडर ऐसा करेगा लीडर अपने ग्रुपां चो भी आइसोलेट हो जाएंगे, दैट इज नॉट गुड। मैं वो छोटा यही कहूंगा, जिवें बीजेपी करता जो माड़ा टाइम होता सारे, वो जिवें पार्टियां चाहे झारखंड किया बिहार किया जिथे जो भी वो स्ट्रैटजी अपना रहे हैं वो हिट बैक कर रही है। सेम ही उन्होंने ये भी डिवाइड करके छोटे कर पुने कैसे कंप्रोमाइज करके लोगों को सैटिस्फाई करने का, इतने भी उन्होंने हिट बैक ही करनी है, वो बैक ही आनी है। लोगों ने सैटिस्फाई नहीं होना, उन्होंने वोटा नहीं मिलिया, नई चीजा होनी, यही चीजें हैं। सो ये उत्थे उन्होंने हिट बैक होगी, काउंटर बैक होगी। क्लोज हाँ जी, कर हाँ जी, दो ओके जी, चलो फिर मैं थैंक यू तुसी ऑल ऑफ करो, यू। तोड़े थोड़े भी बहुत अपना ही, हाँ जी, हाँ जी सर, सारे दे तोड़े व्यू भी बहुत अच्छे ने और तुसी बहुत ही अपने जेडे व्यूज दिते ने बहुत ही वधिया दिते ने। सो हुण मैं अपने व्यूज ते आना जी। हुण लीडर्स आ गए ने, दो लीडर्स आ गए ने, 40 लीडर्स नहीं आए। जेड़ा फार्मर्स दा जेड़ा चल रहा प्रोटेस्ट दे विच, जिदा लोकां ने शमूलियत पेश कीती है ना, वो शमूलियत इस तरह लग रही है भी जेडे बैकग्राउंड के लीडर भी आ उन्होंने भी उठ के मजबूरी के कारण जेड़ा इतने आना ही। सो सो क्योंकि जदों ये मूवमेंट दे विच इन्ने लोगों का हजूम है, इन्हों कंट्रोल करना इन्हों दोनों लीडर के हाथ वास्ते जेड़ा वो नहीं हैगा, फर्स्ट ऑफ ऑल। एंड सेकंड, जिहड़ी सेंटर्स इन्हां दे नाल नैगोशिएशन कर रही है, जे सेंट्रल नैगोशिएशन कर रही है तां उहदा जिहड़ा इक जिहड़ा अगेंस्ट पार्ट जांदा, वो सब तो अगेंस्ट पार्ट ये आ भी जे तुसी इन्हां दा नैगोशिएशन ही करनी आ सी ते दोबारा कादे लई करनी आ, किल कादे लई इन्हां दे विच उत्थे इन्हां नूं रोकण दा प्रोटेस्ट कादे लई करना सी। नैगोशिएशन नैगोशिएशन तां उही है भी इन्हां नूं इक लिंगर ऑन जिहड़ा करना है, ये कोई क्रॉप्स का जोड़ा इन्होंने हम क्या 2 दिन का टाइम, ये 2 दिन के टाइम के मेरे मुताबिक भी इन्हों का कुछ नहीं होना, इन्हों मूव अगे फॉरवर्ड करना ही आ। और ये फॉरवर्ड करन दे नाल बाकी जथेबंदियां भी जड़िया रह गईया वो भी इन्हों के नीचे नाल आउणगियां ही आउणगियां, क्योंकि ये लोगों का जोड़ा प्रोटेस्ट है ये बहुत लोगों की जी बन चुका, क्योंकि लास्ट टाइम लोगों ने हिट बैक कर लिया थी, इस टाइम इन्हों हिट बैक नहीं कर सकते क्योंकि लीडर से इन्नी जल्दी लोगों ने भरोसा नहीं करना, और ये मूव फॉरवर्ड होना ही होना। जेड़ा हुण रह गई सैकंड गल, जे हुण जे अपना मुख्यमंत्री साहब आ जाण जां वो नैगोशिएशन करा देन, क्योंकि ये मुद्दा जेड़ा वो क्रॉप्स से कला रह के भी नहीं टिक सकता। जे ये MSP दे उते क्या एक अज छोटी दे के मतलब के तुसी कहो भी तुसी अपनी मूवमेंट जिहड़ी ओ खत्म कर दियो, ये मूवमेंट नहीं खत्म हो सकती, क्योंकि जे आपां 12 उते मुद्दे ले आ ते एक क्रॉप्स दे उते MSP दे के बाकी मुद्दियां नूं आपां जिहड़ा ओ डिनाई नहीं कर सकते। इस करके मेरे मुताबिक ये एजिटेशन जिहड़ी आ अजे लॉन्ग चलेगी और ये बिल्कुल। किसान मूव फॉरवर्ड होणगे। थैंक यू जी, थैंक यू अच्छा, सो थैंक यू मच। जी। मैं इन्हें क्लोज कर लग्या जी फाइनली। मैनू ये लग रहा कि जेडे बाहर NRE बैठे आ उन्हां दी मोस्टली एवैल्यूएशन ये हैगी आ कि ये मूवमेंट बंद नहीं होनी, कि जेडे बाकी लीडर बैठे ने किसान मूवमेंट दे उन्होंने एग्री नहीं होना, ਇਹ ਕੱਲਾ ਹੀ ਦੋ ਜਿਹੜੇ ਭਲੇਰ ਜਾਂ ਦਲੇਵਾਲ ਨੇ ਉਹ ਹਜੇ ਇਸ ਵਕਤ ਆਪਣੀ ਮਿਸਟੇਕ ਦੇ ਵਿੱਚ ਆ ਵੀ ਸਾਡੇ ਕਹੇ ਤੇ ਹੋ ਗਿਆ ਜੀ, ਹੋ ਗਿਆ ਜੀ, ਅਸੀਂ ਕਰ ਲਿਆ ਜੀ, ਕਰ ਲਿਆ। ਪਰ ਇਹ ਮੂਵਮੈਂਟ ਚੱਲੇਗੀ ਕਿਉਂਕਿ ਬਾਕੀਆਂ ਨੇ ਬਿਲਕੁਲ ਐਗਰੀ ਨਹੀਂ ਹੋਣਾ। ਇਹ ਤਾਂ ਮੈਨੂੰ ਲੱਗਦਾ ਸੈਂਟਰ ਗੌਰਮੈਂਟ ਨੂੰ ਚਾਹੀਦਾ ਕਿ ਸਾਰੀਆਂ ਪਾਰਟੀਆਂ ਨੂੰ ਬਿਠਾ ਕੇ ਕੋਈ ਨਾ ਕੋਈ ਉਹਨਾਂ ਨੂੰ ਬੜਾ ਫਰੈਂਡਲੀ ਸੋਲੂਸ਼ਨ ਦੱਸ ਕੇ ਕਿ ਇਹ ਬਾਰਡਰ ਦੀ ਪ੍ਰੋਬਲਮ ਹੈਗੀ ਆ, ਨਾਟ ਕਿ ਇੰਡੀਆ ਦੀ ਪ੍ਰੋਬਲਮ ਆ ਕਰਨੀ, ਸਾਰੀ ਬਾਰਡਰ 'ਚ ਹੀ ਹੋ ਰਿਹਾ ਕੰਮ, ਕਿਉਂਕਿ ਕਿਸਾਨ ਆ ਜਿਹੜਾ ਉਹ ਬਾਕੀ ਜਿਹੜਾ ਫੂਡ ਆ ਨਾ ਇਹ ਬੜਾ ਸੈਂਸ਼ਲ ਆ, ਇਹਨੂੰ ਇੱਕ ਐ ਬਣਾਇਆ ਹੋਇਆ, ਕਲਾਉਣਾ ਬਣਾਇਆ ਹੋਇਆ, ਫੂਡ ਤੋਂ ਬਿਨਾਂ ਤਾਂ ਤੁਸੀਂ ਦੱਸਦੇ ਨਹੀਂ ਰਹਿ ਸਕਦਾ, ਕੋਈ ਵੀ ਸਾਰੇ ਕੋਈ ਫੂਡ ਹੀ ਨਹੀਂ ਕਰ ਸਕਦੇ ਵਰਲਡ ਦੇ ਵਿੱਚ, ਇਹ ਤਾਂ ਇੰਨਾ ਸੈਂਸ਼ਲ ਚੀਜ਼ ਆ, ਇਹ ਤਾਂ ਬਣਾ ਬਣਾ ਕੇ ਬੜਾ ਕੁਝ ਕਰ ਸਕਦੇ, ਇਹਨਾਂ ਨੂੰ ਬੈਠਣਾ ਪਏਗਾ। ਔਰ ਮੈਨੂੰ ਲੱਗਦਾ ਸਾਰੇ NRE ਵੀ ਬਾਹਰ ਇਹ ਚਾਹੁੰਦੇ ਆ ਵੀ ਇਹ ਪੀਸਫੁਲੀ ਕੰਮ ਹੋਣਾ ਚਾਹੀਦਾ, ਨੋਬਡੀ ਵਾਂਟ ਟੂ ਸੀ ਇਟ ਬਲੱਡ ਸ਼ੈਡ। ਜੇ ਅਗਰ ਗਵਰਨਮੈਂਟ ਕੋਸ਼ਿਸ਼ ਕਰੂਗੀ ਇਹਨੂੰ ਸਟਾਪ ਕਰਨ ਦੀ, ਹਰਿਆਣਾ ਆਪਣੀ ਪੁਲਿਸ ਹੀ ਕਰ ਸਕਦਾ ਨਾ, ਪੁਲਿਸ ਕੰਟਰੋਲ ਹੀ ਕਰ ਸਕਦਾ, ਜੇ ਉਹ ਮਿਲਟਰੀ ਛੱਡਣਗੇ ਭੇਜਣਗੇ ਆਪਦੀ, ਦੈਨ ਵਿਲ ਬੀ ਦਾ ਬਿਗ ਪ੍ਰੋਬਲਮ ਦੇ ਆ। ਸੋ ਉਹਨਾਂ ਬਿਲਕੁਲ ਨੂੰ ਕਰਨੀ ਪਏਗੀ।
ਕਿਉਂਕਿ ਇਕੱਲਾ ਪੁਲਿਸ ਹੈਂਡਲ ਨਹੀਂ ਕਰ ਸਕਦੀ ਇਹਨੇ ਲੋਕਾਂ ਨੂੰ ਇੰਨੇ ਨੂੰ ਚਾਰੇ ਪਾਸਿਓਂ। ਸੋ ਇਸ ਕਰਕੇ ਬੜਾ ਕ੍ਰਿਟੀਕਲ ਸਿਚੁਏਸ਼ਨ ਆ। ਆਈ ਥਿੰਕ ਸੈਂਟਰਲ ਗਵਰਨਮੈਂਟ ਇਜ਼ ਟ੍ਰਾਈ ਟੂ ਬੀ ਹੈਂਡਲ ਇਟ, ਦੇ ਵਿਲ ਬੀ ਡੂ ਪੀਸਫੁਲੀ। 2 ਦਿਨ ਵਿਚਾਲੇ 3 ਦਿਨ ਦਾ ਇਹ ਇੱਕ ਕਿਸਮ ਦਾ ਡਰਾਮਾ ਜਿਹਾ ਹੋ ਰਿਹਾ, ਸਮਝ ਨਹੀਂ ਆ ਰਹੀ ਕੌਣ ਇਹਨੂੰ ਕੀ ਕਰ ਰਹੇ ਨੇ। ਓਕੇ ਜੀ, ਥੈਂਕ ਯੂ ਵੈਰੀ ਮਚ ਓਕੇ ਜੀ, ਹਰਪ੍ਰੀਤ ਜੀ, ਥੈਂਕ ਯੂ ਗੁੱਡ ਸੋ ਨਾਈਟ, ਮਚ, ਥੈਂਕ ਯੂ, ਓਕੇ, ਥੈਂਕ ਯੂ। ਯੂ